ਸ਼ਮਾਦਾਨ ਤੇ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ ਮੇਰਾ ਨਾਮ ਸਰਦਾਰ ਬਖਤੌਰ ਸਿੰਘ ਟਿਲੋ ਹਰੀ ਨੇ ਟਿਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟਿਲੋ ਸਾਹਿਬ ਐਸੇ ਕੋਈ ਹਰ ਮਸਲਾ ਕਿਸਾਨੀ ਦਾ ਜਿਆਦਾ ਗੱਲ ਸਾਨੂੰ ਕਿਸਾਨੀ ਮਸਲੇ ਦੀ ਕਰਨੀ ਚਾਹੀਦੀ ਹੈ ਹਰ ਜਗ੍ਹਾ ਦੇ ਉੱਤੇ ਦੀਪ ਸਿੱਧੂ ਦੀ ਬਹੁਤ ਚਰਚਾ ਹੋ ਰਹੀ ਹੈ ਜੀ ਸੋ ਚਰਚਾ ਕਰਨੀ ਵੀ ਬਣਦੀ ਹੈ ਜੋ ਪਿਸ਼ੋਕੜ ਕੀ ਸੀ ਕੱਲ ਕੀ ਕੀਤਾ ਇਹ ਵੀ ਪਤਾ ਚੱਲਿਆ ਕਿ ਇਹ ਆਪਣੀ ਸਿਆਸੀ ਜ਼ਮੀਨ ਤਲਾਸ਼ਦਾ ਹੋਇਆ ਲਾਲਸਾ ਇਹਨੂੰ ਸਿਆਸਤ ਦੇ ਵਿੱਚ ਕੁਝ ਪੰਜਾਬ ਦੇ ਵਿੱਚ ਇਹਨੂੰ ਐ ਲੱਗ ਰਿਹਾ ਕਿ ਖਾਲੀ ਹੈ ਪੰਜਾਬ ਤਾਂ ਵਿਹਲਾ ਜਾ ਰਿਹਾ ਹੈ ਤੇ ਬੇਬਲ ਗੋਲੀ ਕਾਂਡ ਵੀ ਇਹ ਉਸੇ ਤਰ੍ਹਾਂ ਇੱਕ ਉਸ ਪੱਠ ਕਰਨਾ ਚਾਹੁੰਦਾ ਸੀ ਜਿਵੇਂ ਨੇ ਕਿਸਾਨ ਅੰਦੋਲਨ ਚ ਬਿਲਕੁਲ ਦਾ ਨੇੜਿਆ ਸਾਹਿਬ ਅੱਜ ਇਸ ਖਿੱਤੇ ਦੇ ਜਿਹੜੇ ਆਪਾਂ ਕਹਿ ਦਈਏ ਸਾਡਾ ਉਤਰੀ ਖਿੱਤੇ ਦਾ ਪੰਜਾਬੀ ਦਾ ਅਹਿਮ ਅਖਬਾਰ ਹੈ ਜੀ ਤੇ ਨਾਂ ਉਹਦਾ ਪੰਜਾਬੀ ਟਰਬਿਊ ਜੀ ਪੰਜਾਬੀ ਟਰਬਿਊ ਨੇ ਕਿਸਾਨ ਸੰਘਰਸ਼ ਦੇ ਸਬੰਧ ਵਿੱਚ ਚੰਗੀ ਜਗ੍ਹਾ ਦਿੱਤੀ ਜੀ ਆਰਟੀਕਲ ਵੀ ਚੰਗੇ ਲਿਖਿਆ ਐ ਐਡੀਟੋਰੀਅਲ ਵੀ ਚੰਗੇ ਲਿਖਿਆ ਐ ਔਰ ਜਿਹੜੀਆਂ ਖਬਰਾਂ ਨੂੰ ਵੀ ਉਹਨਾਂ ਨੇ ਪ੍ਰਮੁੱਖਤਾ ਨਾਲ ਪ੍ਰਮੁੱਖਤਾ ਨਾਲ ਲਿਆ ਪ੍ਰਕਾਸ਼ਿਤ ਕੀਤਾ ਐ ਅਸੀਂ ਭਾਵੇਂ ਆਪ ਵੀ মিডিਆ ਨਾਲ ਸੰਬੰਧਿਤ ਆ ਪਰ ਜੇ ਕਿਸੇ মিডিਆ ਦੇ ਕਿਸੇ ਹਿੱਸੇ ਨੇ ਚੰਗਾ ਕੰਮ ਕੀਤਾ ਹੈ ਤਾਂ ਉਹਨੂੰ ਚੰਗਾ ਕਹਿਣਾ ਬਣਦਾ ਵੀ ਬਿਲਕੁਲ ਕਿਉਂਕਿ ਇਸ ਵੇਲੇ ਜਿਹੜੀ ਹੈਗੀ ਹੈ মিডিਆ ਵੀ ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਗੋਦੀ মিডিਆ ਹੈ ਜਿਹੜਾ ਤੋ ਮੁਕੰਮਲ ਤੌਰ ਦੇ ਉੱਤੇ ਕਾਰਪੋਰੇਟ ਘਰਾਣਿਆਂ ਨੂੰ ਸਮਰਪਿਤ ਹੋ ਚੁੱਕਾ ਹੈ ਜੀ ਔਰ ਕਿਸਾਨ ਐਡੀਟਿਸ਼ਨ ਨੂੰ ਉਹਨੇ ਬਹੁਤ ਬੁਰੀ ਤਰ੍ਹਾਂ ਬਦਨਾਮ ਕਰਨ ਵਾਸਤੇ ਜਿਹੜਾ ਜਿਹਨੂੰ ਆਪਾਂ ਕਹਿੰਦੇ ਟਿੱਲ ਤੱਕ ਦਾ ਜੋਰ ਲਾਉਂਦਾ ਜੀ ਮੈਂ ਇੱਕ ਅਖਬਾਰ ਨੂੰ ਬਹੁਤ ਚੰਗਾ ਅਖਬਾਰ ਸਮਝਦਾ ਹੁੰਦਾ ਸੀ ਹਿੰਦੀ ਦੇ ਅਖਬਾਰਾਂ ਦੇ ਵਿੱਚੋਂ ਕਿ ਸ਼ਾਇਦ ਇਹ ਥੋੜਾ ਜਿਹਾ ਸੈਕੂਲਰ ਅਖਬਾਰ ਹੈ ਜਿਹਨੂੰ ਸੀ ਪਾਸ ਕਰਕੇ ਨੇ ਜੀ દੈਨਿਕ ਪਾਸ ਕਰ ਪਰ ਅੱਜ ਮੈਂ ਦੈਨਿਕ ਪਾਸ ਕਰਤੀ ਜਦੋਂ ਸਵੇਰੇ ਉੱਠ ਕੇ ਪਹਿਲੀ ਸੁਰਖੀ ਪੜੀ ਤੇ ਉਹਦੇ ਨਾਲ ਮਨ ਜਿਹੜਾ ਬੜਾ ਬੇਚੈਨ ਹੋਇਆ ਜੀ ਉਸ ਸੁਰਖੀ ਦੇ ਨਾਲ ਹੀ ਇਹ ਕਿਹਾ ਸੀ ਕਿ ਦੇਸ਼ ਗੁੱਸੇ ਹੂੰ ਦੇਸ਼ ਗੁੱਸੇ ਲਾਲ ਕਿਲਾ ਲਾਲ ਹੂੰ ਕਿ ਲਾਲ ਦਮਤ ਤੇਗ ਜਿਵੇਂ ਲਾਲ ਗੁੱਸੇ ਨਾਲ ਲਾ ਜਿਵੇਂ ਲਹੂ ਲਹਾਨ ਹੋ ਗਿਆ ਲਹੂ ਲਹਾਨ ਹੋ ਗਿਆ ਤੇ ਦੇਸ਼ ਗੁੱਸੇ ਦੇ ਵਿੱਚ ਹੈ ਵੱਡੀ ਗੱਲ ਇਹ ਹੈ ਕਿ ਉੱਥੇ ਕੀਤਾ ਕੀ ਸੀ ਉੱਥੇ ਇੱਕ ਖਾਲਸਾਈ ਨਿਸ਼ਾਨ ਸਾਹਿਬ ਜਿਹੜਾ ਉਹ ਲਹਿਰਾ ਦਿੱਤਾ ਜੰਨ ਲਹਿਰਾਉਂਦਾ ਅਰੇ ਪਹਿਲੀ ਵਾਰ ਨਹੀਂ ਧਰਾਇਆ ਗਿਆ ਮੈਂ ਇੱਥੇ ਵੀ ਸਪਸ਼ਟ ਕਰ ਦਵਾਂ ਕਿ ਪੰਜਾਬ ਸਰਕਾਰ ਦੀ ਜਿਹੜੀ ਚਾਕੀ ਜੀ ਗਨਤੰਤਰਤਾ ਦਿਵਸ ਦੇ ਵਿੱਚ ਸ਼ਾਮਲ ਹੋਈ ਸੀ ਉਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਨੂੰ ਸਮਰਪਿਤ ਸੀ ਔਰ ਉਹਦੇ ਵਿੱਚ ਵੀ ਖਾਲਸਾਈ ਨਿਸ਼ਾਨਾ ਜਿਹੜਾ ਉਹ ਲਹਿਰਾਇਆ ਸੀ ਜੇ ਕੌਮੀ ਤਿਹਾਡ ਦੀ ਜੀ ਚਾਕੀ ਦੇ ਵਿੱਚ ਲਹਿਰਾਇਆ ਜਾਵੇ ਖਾਲਸਾ ਨਿਸ਼ਾਨ ਜਾਂ ਨਿਸ਼ਾਨ ਸਾਹਿਬ ਕਹਿ ਦਿੱ ਗਏ ਸੀ ਉਹਦੇ ਤੋਂ ਤਾਂ ਕਿਸੇ ਨੂੰ ਉਤਰਾਜ ਨਹੀਂ ਤੇ ਜਲਾਲ ਕਿਲੇ ਤੇ ਲਹਿਰਾ ਦਿੱਤਾ ਜਾਵੇ ਕੀ ਹੈ ਵੱਡੀ ਗੱਲ ਇਹ ਕਿ ਲਾਲ ਕਿਲੇ ਤੇ ਜਿਹਨਾਂ ਲੋਕਾਂ ਨੇ ਝੰਡਾ ਲਹਿਰਾਇਆ ਜੀ ਉਹਨਾਂ ਦੀ ਨੀਅਤ ਨੀਅਤ ਕੀ ਸੀ ਉਹਨਾਂ ਦੀ ਨੀਅਤ ਦੇ ਉੱਤੇ ਸ਼ੱਕ ਨਹੀਂ ਉਹਨਾਂ ਦੀ ਨੀਅਤ ਜਿਹੜੀ ਹੈਗੀ ਖੋਟੀ ਸੀ ਖੋਟੀ ਸੀਗੀ ਖੋਟੀ ਸੀ ਅਸੀਂ ਉਸ ਗੱਲ ਨਾਲ ਸਹਿਮਤ ਆ لیکن ਜੇ ਤੁਸੀਂ ਇਹ ਕਹੀਏ ਕਿ ਉਹਨੂੰ ਇੱਕ بہانہ ਬਣਾ ਕੇ ਅੰਦোলন ਨੂੰ ਬਦਨਾਮ ਕੀਤਾ ਜਾਵੇ ਉਹ ਗਲਤ ਹੋ ਰਹੀ ਹੈ جی ਇੱਥੇ ਹੋ ਕੀ ਰਿਹਾ ਹੈ ਇੱਥੇ ਹੋ ਇਹੀ ਕੁਝ ਰਿਹਾ ਹੈ ਜੀ ਕਿ ਉਸ ਅੰਦোলন ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜੀ ਕੀ ਹੁੰਦਾ ਕੀ ਹੈ ਹੂੰ ਹੁੰਦਾ اصل ਦੇ ਵਿੱਚ ਇਹ ਹੈ ਕਿ ਉੱਥੇ ਕੁਝ ਬੰਦੇ ਜਾਂਦੇ ਉਹਨਾਂ ਨੇ ਜਾ ਕੇ ਨਿਸ਼ਾਨ ਲਹਿਰਾਤਾ ਔਰ ਉਹ ਨਿਸ਼ਾਨ ਲਹਿਰਾਉਣ ਤੋਂ ਬਾਅਦ ਇਕਦਮ ਸਾਰੇ ਦੇਸ਼ ਦੇ ਵਿੱਚ ਜਿਹੜਾ ਤੂਫਾਨ ਖੜਾ ਹੁੰਦਾ ਹੈ ਔਰ ਤੂਫਾਨ ਖੜਾ ਕਾਊਂਟ ਕਰਦਾ ਹੈ মিডিਆ মিডিਆ ਕਰਦਾ ਇੱਥੇ ਮੈਂ ਇਹ ਵੀ ਸਪਸ਼ਟ ਕਰ ਦੇਵਾਂ ਕਿ ਇਹ ਪਹਿਲੀ ਵਾਰ ਨਹੀਂ ਹੂੰ ਜਦੋਂ ਆਪਣਾ ਜਥੇਦਾਰ ਬਖੇਲ ਸਿੰਘ ਨੇ ਜੀ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕਬਜ਼ਾ ਕਰਕੇ ਕੇਸਰੀ ਨਿਸ਼ਾਨ ਲਹਿਰਾਇਆ ਸੀ ਹੂੰ ਉਸ ਦਿਨ ਨੂੰ ਸਿੱਖ ਇਤਿਹਾਸ ਦੇ ਵਿੱਚ ਫਤਿਹ ਦਿਵਸ ਵਜੋਂ ਜਾਣਿਆ ਜਾਂਦਾ ਜੀ ਤੇ ਹਰ ਸਾਲ ਜਦੋਂ ਹੁਣ ਫਤਿਹ ਦਿਵਸ ਮਨਾਉਣਾ ਸ਼ੁਰੂ ਕੀਤਾ ਹੈ ਹੂੰ ਫਤਿਹ ਦਿਵਸ ਮਨਾਇਆ ਜਾਂਦਾ ਉਦੋਂ ਵੀ ਬਕਾਇਦਾ ਉੱਥੇ ਜਿਹੜਾ ਹੈਗਾ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਜਾਂਦਾ ਜੀ ਉਈ ਕਰਸ ਮਰਸ ਅਦਾ ਕੀ ਹੋਗੀ ਲੇਕਿਨ ਗੋਦੀ ਮੀਡੀਆ ਨੇ ਜਿਵੇਂ ਉਹਨੂੰ ਬਦਨਾਮ ਕੀਤਾ ਤੇ ਜਿਵੇਂ ਹੋ ਹੱਲਾ ਕੀਤਾ ਗਿਆ ਇਹਦੇ ਚ ਅਸੀਂ ਕਹਾਂਗੇ ਕਿ ਵਾਕਈ ਜਿਨੇ ਇਹ ਕਾਰਵਾਈ ਕੀਤੀ ਉਹਦੇ ਮਨ ਵਿੱਚ ਕੋਟ ਸੀ ਤੇ ਉਹ ਕੋਟ ਵਾਲਾ ਬੰਦਾ ਕੌਣ ਹੈ ਉਹ ਸਪਸ਼ਟ ਹੁਣ ਨਾ ਆ ਗਿਆ ਦੀਪ ਸਿੱਧੂ ਪੰਜਾਬੀ ਟਰਬਿਨੋ ਅਖਬਾਰ ਦਾ ਮੈਂ ਜ਼ਿਕਰ ਇਸ ਕਰਕੇ ਕੀਤਾ ਕਿ ਪੰਜਾਬੀ ਟਰਬਿਨ ਨੇ ਅੱਜ ਆਪਣੇ ਪਹਿਲੇ ਪੰਨੇ ਦਿੱਤੇ ਜਿਹੜੀ ਖਬਰ ਪ੍ਰਕਾਸ਼ਿਤ ਕੀਤੀ ਹੈ ਜੀ ਉਸ ਖਬਰ ਦਾ ਹੈਡਿੰਗ ਇਹਨਾਂ ਨੇ ਇਹ ਕੱਢਿਆ ਕਿ ਇਨ ਬੈਬਲ ਕਲਾਂ ਗੋਲੀ ਕਾਂਡ ਸੰਘਰਸ਼ ਵੀ ਕੋ ਸਪੈਟ ਕਰਨਾ ਚਾਹੁੰਦਾ ਸੀ ਦੀਪ ਸਿੱਧੂ ਜੀ ਇਹਨੇ ਦੱਸਿਆ ਵੀ 14 ਅਕਤੂਬਰ 2020 ਨੂੰ ਹਮ ਵੈਵਲ ਕਲਾਂ ਦੇ ਗੁਰੂ ਘਰ ਦੇ ਵਿੱਚ ਜਾਂਦਾ ਹੈ ਸ਼ਰਧਾਂਜਲੀ ਸਮਾਗਮ ਦੇ ਵਿੱਚ ਸ਼ਾਮਲ ਹੁੰਦਾ ਹੈ ਹਮ ਆ ਦੀਪ ਸਿੱਧੂ ਤੇ ਉੱਥੇ ਇਹ ਇੱਕ ਤਿੱਖਾ ਭਾਸ਼ਣ ਕਰਕੇ ਬਾਦਲਾਂ ਦੇ ਖਿਲਾਫ ਜੀ ਜਿਹੜੀ ਭਾਪੀ ਆਸ ਤੇ ਜ਼ਮੀਨ ਤਿਆਰ ਕਰ ਰਹੀ ਸੀ ਜੀ ਮੈਂ ਅੱਛਾ ਜੀ ਲੇਕਿਨ ਸੰਗਤਾਂ ਨੇ ਬੜੇ ਤਿੱਖੇ ਸਵਾਲ ਕੀਤੇ ਸੰਗਤਾਂ ਨੇ ਪੁੱਛਿਆ ਹੁਣ ਜਿਹੜੀ ਸੰਗਤਾਂ ਦੀ ਗੱਲ ਕਰਦਾ ਉਹ ਕਹਿੰਦਾ ਸੰਗਤ ਹੀ ਫੈਸਲਾ ਹੈ ਹਮ ਹਮ ਪਰ ਉੱਥੇ ਜਿਹੜੀ ਸੰਗਤਾਂ ਨੇ ਤਿੱਖੇ ਸਵਾਲ ਕੀਤੇ ਕਿ ਇਹਨਾਂ ਦਾ ਜਵਾਬ ਦਿਓ ਜੀ ਤਾਂ ਫਿਰ ਇਹ ਨਾਲ ਦੀ ਨਾਲ ਉਥੋਂ ਪੱਤਰੇ ਬਾਜਨੇ ਬਿਹਤਰ ਸਮਝੀ ਇਹ ਉਥੋਂ ਪੱਤਰੇ ਬਾਜ ਗਿਆ ਹੁਣ ਦੀਪ ਸਿੱਧੂ ਨੇ ਜੋ ਕੁਝ ਕੀਤਾ ਉਹਦਾ ਖਮਾਦਾ ਭੁਗਤਣਾ ਸ਼ੁਰੂ ਕਰਤਾ ਹਮਮ ਕਿਸਾਨ ਅੰਦੋਲਨ ਨੂੰ ਜਿਹੜਾ ਨੁਕਸਾਨ ਉਹਨੇ ਪਹਚਾਉਣ ਦਾ ਯਤਨ ਕੀਤਾ ਸੀ ਉਹ ਕਿਸਾਨ ਅੰਦੋਲਨ ਦੀ ਰੀੜ ਦੀ ਹੱਡੀ ਤੋੜਨਾ ਚਾਹੁੰਦਾ ਸੀ ਹੱਡੀ ਤੋੜਨਾ ਚਾਹੁੰਦਾ ਸੀ ਕਿਸਾਨ ਅੰਦੋਲਨ ਜ਼ਖਮੀ ਜ਼ਰੂਰ ਹੋਇਆ ਲੇਕਿਨ ਰੀੜ ਦੀ ਰੀੜ ਦੀ ਹੱਡੀ ਬਰਕਰਾਰ ਹੈ ਉਹ ਬਰਕਰਾਰ ਹੈ ਰੀੜ ਦੀ ਹੱਡੀ ਬਰਕਰਾਰ ਹੈ ਮਲਮ ਜਿਹੜੀ ਹੈਗੀ ਉਹ ਲਾ ਰਹੇ ਤੇ ਮਲਮ ਹੈਗੀ ਹੈ ਲੋਕਾਂ ਦੀ ਲੋਕਾਂ ਦੀ ਗੋਦੀ ਮੀਡੀਆ ਨੇ ਬਹੁਤ ਪਹਿਲਾਂ ਇਹਨੂੰ ਦੇਖੋ ਕਿੰਡੇ ਤਰੀਕੇ ਦੇ ਨਾਲ ਜਿਹੜਾ ਹੈਗਾ ਡੈਮੇਜ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਜਦੋਂ ਇਹ ਕੁਛ ਆ ਗਿਆ ਲੋ ਜੀ ਕੇਸਰੀ ਨਿਸ਼ਾਨ ਲਹਿਰਾਤਾ ਉੱਥੇ ਜੀ ਖਾਲਸਤਾਨ ਦਾ ਨਿਸ਼ਾਨ ਨਿਸ਼ਾਨ ਲਹਿਰਾਤਾ 26 ਜਨਵਰੀ ਨੂੰ ਜਿਹੜੇ ਕਿਸਾਨ ਉੱਥੇ ਗਏ ਸੀ ਉਹਨਾਂ ਨੇ ਵਾਪਸ ਮੁੜਨਾ ਹੀ ਸੀ ਉਹਨਾਂ ਨੂੰ ਇੱਕ ਦਿਨ ਹਸਤੇ ਬੁਲਾਇਆ ਸੀ ਕਿ ਵਾਪਸ ਮੁੜਦੇ ਸੀ ਤੇ ਫਿਰ ਉਹਨੂੰ ਐਮੜਾ ਕੇ ਪੇਸ਼ ਕਰ ਦਿੱਤਾ ਵੀ ਇਹ ਤਾਂ ਭੱਜ ਗਿਆ ਭੇਤਾ ਜੀ ਕਿਸਾਨ ਅੰਦੋਲਨ ਟੁੱਟ ਗਿਆ ਖਤਮ ਹੋ ਗਿਆ ਤੇ ਲੋਕ ਆਪੋ ਆਪਣੇ ਕਰਾਂਗੇ ਐਂਡ ਉਹੀ ਦੋ ਬੰਦੇ ਜਿਹੜੇ ਪਹਿਲਾਂ ਕਿਸਾਨ ਦਾ ਹਿੱਸਾ ਨਹੀਂ ਸੀ ਉਹੀ ਉਹਨਾਂ ਦੇ ਉਹ ਕਹਿੰਦੇ ਹੋਏ ਸੀ ਲਾਗਾ ਵੀ ਬੀਐ ਆਪਣਾ ਹਾਂ ਤੁਹਾਨੂੰ ਦੋ ਬੰਦੇ ਉਹਨਾਂ ਦੀ ਕੋਈ ਗੱਲ ਨਹੀਂ ਪਰ ਲੋਕ ਕਿੱਥੇ ਮੈਂ ਹੁਣੇ ਆਪਣਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਦਿੱਲੀ ਜਿਹੜੇ ਸਾਡੇ ਸੱਜਣ ਪੱਤਰਕਾਰ ਹਨ ਉਹਨਾਂ ਨਾਲ ਮੈਂ ਗੱਲ ਕੀਤੀ ਵੀ ਗੱਲ ਕੀ ਹੈ ਜੀ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਮੰਨਦੇ ਹਾਂ ਕਿ ਵਕਤੀ ਤੌਰ ਤੇ ਨੁਕਸਾਨ ਹੋਇਆ ਹੈ ਲੇਕਿਨ ਜਿਹੜੇ ਹੌਸਲੇ ਹੈ ਉਹ ਕਿਸਾਨਾਂ ਦੇ ਬੁਲੰਦ ਨੇ ਹਮਮ ਔਰ ਉਹ ਡੈਮੇਜ ਕੰਟਰੋਲ ਕਾਫੀ ਹੱਦ ਤੱਕ ਉਹਨਾਂ ਨੇ ਕਰ ਰਹੇ ਤੇ ਅਗਲੇ 2-4 ਦਿਨਾਂ ਦੇ ਵਿੱਚ ਸਾਰਾ ਕਰ ਲੈਣਗੇ ਜੀ ਇਸ ਵੇਲੇ ਵੀ ਸਾਰੇ ਜਿਹੜੇ ਮੂਰਤੀਆਂ ਨੂੰ ਮੂਰਤੀਆਂ ਦੇ ਉੱਤੇ 70 70 75 75000 ਲੋਕ ਬੈਠੇ ਨੇ ਉਹ ਬੈਠੇ ਨੇ ਅਰ ਪਿੰਡਾਂ ਦੇ ਵਿੱਚੋਂ ਜਿਹੜੇ ਲੀਡਰਾਂ ਨੂੰ ਫੋਨ ਆ ਰਹੇ ਹੈ ਕਿ ਜੀ ਅਸੀਂ ਕੰਮ ਕਰ ਰਹੇ ਹਾਂ ਤਿਆਰੀਆਂ ਤੇ ਚੰਗਾ ਹੋਇਆ ਕਿ ਗੰਦੇ ਆਂਡੇ ਨਿਕਲ ਗਏ ਜੀ ਢੋਲ ਦੇ ਵਿੱਚੋਂ ਗੰਦੇ ਆਂਡੇ ਨਿਕਲ ਗਏ ਅਸੀਂ ਆ ਰਹੇ ਹਾਂ ਢੋਲ ਨੂੰ ਹੋਰ ਮਜ਼ਬੂਤੀ ਦੇਵਾਂਗੇ ਪਿੰਡਾਂ ਦੇ ਵਿੱਚੋਂ ਲੋਕ ਜਾਣਗੇ ਜਾਣਗੇ ਹੁਣ ਇਹ ਜਿਹੜੀ ਅੱਜ ਵੀ ਜੋ ਕੁਝ ਅਸੀਂ ਦੇਖ ਰਹੇ ਹਾਂ ਜੋ ਕੁਝ ਹੋਇਆ ਹੈ ਜੋ ਕੁਝ ਉਥੇ ਉਹਨੇ ਕੀਤਾ ਹੈ ਸਿੱਧੂ ਨੇ ਹਮ ਵੈਸੇ ਤਾਂ ਇਹਨੂੰ ਲੋਕ ਦੀਪ ਸਿੱਧੂ ਕਹਿੰਦੇ ਦੀਪ ਸਿੱਧੂ ਨਹੀਂ ਦਾ ਨਾਮ ਸੰਦੀਪ ਸਿੱਧੂ ਹੈ ਸੰਦੀਪ ਸਿੱਧੂ ਹੈ ਪਿੰਡੇ ਦਾ ਉਦੇ ਕਰਨ ਹੈ ਉਦੇ ਕਰਨ ਪਿੰਡ ਹੈ ਜੰਪਲ ਇਹ ਮਠੰਡੇ ਦਾ ਇਥੇ ਦਾ ਰਿਹਾ 1984 ਤੇ ਦਾ ਜਨਮ ਹੁੰਦਾ ਹੈ ਪੂਨੇ ਤੋਂ ਇਸ ਬੰਦੇ ਨੇ ਪੜ੍ਹਾਈ ਕੀਤੀ ਹੈ ਜੀ ਔਰ ਮੈਂ ਆਪਾਂ ਵੀ ਇੱਥੇ ਕਈ ਵਾਰੀ ਗੱਲ ਕਈ ਬੰਦੇ ਵੀ ਕਈਆਂ ਦਾ ਬੜਾ ਕਰੋੜਪਤੀ ਅਰਪਤੀ ਹੈ ਜੀ ਬੰਦਾ ਇਹ ਤਾਂ ਕਹਿੰਦੇ ਇਹਨੂੰ ਕੀ ਭੁੱਖ ਸੀ ਨਹੀਂ ਕਰੋੜਪਤੀ ਅਰਪਤੀ ਤਾਂ ਬੜੇ ਹੁੰਦੇ ਐ ਕਰੋੜਪਤੀ ਅਰਪਤੀ ਤਾਂ ਅਧਾਰ ਪਿੰਡ ਕੀਤਾ ਜਮੀਨ ਤਾਂ ਇਹਨਾਂ ਕੋਲੇ ਹੈ ਜੀ ਅਦਾਨੀ ਵੀ ਹੈ ਅੰਬਾਨੀ ਵੀ ਹੈ ਜਮੀਨ ਬਹੁਤ ਥੋੜੀ ਹੈ ਜਮੀਨ ਬਹੁਤ ਥੋੜੀ ਹੈ ਅਦਾਨੀ ਵੀ ਹੈ ਅੰਬਾਨੀ ਵੀ ਹੈ ਇਹਦੇ ਚਾਚੇ ਇੱਥੇ ਹੈਗੇ ਐ ਇਹਦੇ ਚਾਚੇ ਦੋ ਹੈਗੇ ਐ ਇੱਕ ਬੜਾ ਸਾਹੂ ਬੰਦਾ ਰਿਹਾ ਹੈ ਹਾਂ ਪੁਲਿਸ ਦੇ ਵਿੱਚ ਹੁੰਦਾ ਸੀ ਮਨਜੀਤ ਸਿੰਘ ਜੀ ਬਹੁਤ ਵਧੀਆ ਬੰਦਾ ਹੈ ਦੂਜੇ ਦਾ ਚਾਚਾ ਬਿੱਲੀ ਸਿੰਘ ਹੈ ਉਹਦੇ ਨਾਲ ਉਹ ਵੀ ਕਈ ਬਿਵਾਦਾਂ 'ਚ ਹੈਗਾ ਬਿਵਾਦਾਂ 'ਚ ਹੈਗਾ ਉਹ ਵੀ ਕਈ ਬਿਵਾਦਾਂ ਦੇ ਵਿੱਚ ਹੈਗਾ ਇਹਦੇ ਪਿਓ ਦੇ ਉੱਤੇ ਬੜੇ ਇਲਜ਼ਾਮ ਲੱਗਦੇ ਰਹੇ ਇਹਦਾ ਪਿਓ ਇੱਥੇ ਜਦੋਂ ਵਕੀਲ ਹੁੰਦਾ ਸੀ ਜੀ ਸੁਰਜੀਤ ਸਿੰਘ ਸਿੱਧੂ ਉਸ ਵੇਲੇ ਉਹਦੇ ਤੇ ਇਲਜ਼ਾਮ ਲੱਗਦੇ ਰਹੇ ਉਹਦੇ ਖਿਲਾਫ ਇੱਕ ਐਫਆਈਆਰ ਵੀ ਦਰਜ ਹੋਈ ਸੀ ਜੀ ਐਫਆਈਆਰ ਕੀ ਦਰਜ ਹੋਈ ਸੀ ਕਿ ਪਿੰਡ ਚੰਦਪਾਣਾ ਜੀ ਚੰਦਪਾਣਾ ਦਾ ਇੱਕ ਧੱਤੂ ਨਾਂ ਦਾ ਬੰਦਾ ਹੁੰਦਾ ਸੀ ਆਪਣੇ ਜ਼ਮਾਨੇ ਦਾ ਬੜਾ ਬਾਹੂਬਲੀ ਹੁੰਦਾ ਸੀ ਜੀ ਔਰ ਜਿਹੜੀ ਉਹ ਗੰਦਾਰਿਆਂ ਦੀ ਇੱਕ ਜਿਹੜੀ ਗੰਦਾਰਿਆਂ ਦੀ ਟਰਾਂਸਪੋਰਟਰਾਂ ਦੀ ਇੱਕ ਲੜਾਈ ਹੋਈ ਸੀ ਫਰੀਦਕੋਟ ਗੋਲੀकांड ਹੋਇਆ ਸੀ ਉਸ ਗੋਲੀकांड ਦੇ ਵਿੱਚ ਵੀ ਕਹਿੰਦੇ ਉਹਦਾ ਨਾਂ ਸੀਗਾ ਹਾਂਜੀ ਔਰ ਚੰਦਪਨ ਪਿੰਡ ਆਪਾਂ ਦੇਖਦੇ ਤਾਂ ਦੋ ਬੰਦਿਆ ਕਰਕੇ ਮਸ਼ਹੂਰ ਆ ਪਹਿਲਾ ਪਹਿਲਾ ਤੱਤੂ ਕਰਕੇ ਤੇ ਫਿਰ ਡਿੰਪੀ ਕਰਕੇ ਹਮ ਚੰਦ ਉਹਦੇ ਤੱਤੂ ਦੇ ਦੋ ਮੁੰਡੇ ਸੀ ਜੀ ਇੱਕ ਮੁੰਡਾ ਭੋਲਾ ਸੀ ਇੱਕ ਦਾ ਨਾਂ ਕੁਝ ਹੋਰ ਸੀ ਉਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਸੀ ਹਮ ਤਾ ਭੋਲੇ ਦੇ ਭਰਾ ਨੇ ਭੋਲੇ ਨੂੰ ਮਰਵਾਉਣ ਵਾਸਤੇ ਕੋਈ ਸੌਦੇਬਾਜ਼ੀ ਕੀਤੀ ਜੀ ਇਹ ਅਤਵਾਦ ਦੇ ਦੌਰ ਜਿਹਨੂੰ ਅਸੀਂ ਖੜਕੂ ਦੌਰ ਕਹਿੰਦੇ ਨੇ ਆ ਅੱਜਕੱਲ ਮਤਲਬ ਕਈ ਵਾਰੀ ਹੁਣ ਇਹ ਆਪਣੇ ਆਪ ਨੂੰ ਤਾਂ ਸਿੱਖ ਜਿਹੜੀ ਹੈਗੀ ਫਲਸਫੇ ਦੀ ਗੱਲ ਕਰਦਾ ਸਿੱਖ ਸੰਘਰਸ਼ ਦੀ ਗੱਲ ਕਰਦੇ ਆ ਸੰਤ ਜਰਨੈਲ ਸਿੰਘ ਵੀ ਡਰਾਲਿਆਂ ਦੀ ਗੱਲ ਕਰਦੇ ਆ ਔਰ ਨਾਲ ਗੁਰਜਨ ਸਿੰਘ ਬੁੱਧ ਸਿੰਘ ਵਾਲੇ ਦੀ ਗੱਲ ਵੀ ਕਰਦਾ ਵੀ ਮੈਂ ਉਹਦੀ ਗੋਦੀ 'ਚ ਖੇਡਦਾ ਰਿਆ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਜਿਹੜਾ ਹੈਗਾ 1984 93 93 ਤੱਕ ਮਤਲਬ ਜਿਹੜਾ ਹੈਗਾ ਉਹਦੀ ਸ਼ਹਾਦਤ ਵਾਲਾ ਮਾਮਲਾ ਹੋ ਗਿਆ ਸੀ ਹੋ ਗਿਆ ਸੀ ਹਾਂਜੀ 84 'ਚ ਪੈਦਾ ਹੁੰਦਾ ਹੈ ਕਿਹੜੇ ਵੇਲੇ ਗੋਦੀ 'ਚ ਖੇਡਣ ਵਾਲੀ ਗੱਲ ਹੈ ਉਸ ਵੇਲੇ ਜਿਹੜੇ 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 ਦੌਰ ਦੇ ਸਿਖੜ ਕੋਨ ਦੀ ਗੱਲ ਕਰਦੇ ਆ ਗੋਦਿਆਂ 'ਚ ਕੌਣ ਖੜਾਉਣ ਵਾਲਾ ਸੀ ਕੌਣ ਖੜਾਉਣ ਵਾਲਾ ਹੀ ਉਹ ਤਾਂ ਜੰਗਲਾਂ 'ਚ ਤੁਰੇ ਬਿਤਾ ਜੰਗਲਾਂ 'ਚ ਤੁਰੇ ਫਿਰਦੇ ਸੀ ਸਿਰ ਦੇ ਉੱਤੇ ਮੌਤ ਮੰਡਰਾਉਂਦੀ ਸੀ ਵੀ ਹੁਣ ਵੀ ਗੋਲੀ ਬੱਜੀ ਹੁਣ ਵੀ ਗੋਲੀ ਬੱਜੀ ਉਹ ਇੱਕ ਪੈਰ ਉਹਨਾਂ ਦਾ ਇੱਥੇ ਹੁੰਦਾ ਸੀ ਤੇ ਦੂਜਾ ਪੈਰ ਉੱਥੇ ਹੁੰਦਾ ਸੀ ਵਿਚਾਰਿਆਂ ਕੋਲ ਕਿੱਥੇ ਟਾਈਮ ਸੀ ਚਲੋ ਕੁਝ ਵੀ ਹੈ ਮੈਂ ਵਿਚਾਰੇ ਇਸ ਕਰਕੇ ਕਹਿਣਾ ਬਹੁਤ ਸਾਰੇ ਲੋਕ ਮੇਰੇ ਨਾਲ ਨਾਰਾਜ਼ ਵੀ ਹੋਣਗੇ ਕਿ ਤੂੰ ਉਹਨਾਂ ਬੰਦਿਆਂ ਨੂੰ ਵਿਚਾਰੇ ਕਿਉਂ ਕਹਿਣਾ ਕਿਉਂਕਿ ਜਦੋਂ ਕੋਈ ਬੰਦਾ ਇਸ ਦੁਨੀਆ 'ਚ ਨਾ ਰਹੇ ਅਸੀਂ ਉਹਨੂੰ ਸਤਕਾਰ ਵਜੋਂ ਉਹਦੇ ਮੈਂ ਬਹੁਤ ਆਪਣੇ ਆਪ ਨੂੰ ਬੜਾ ਕੰਟਰੋਲ ਰੱਖਿਆ ਸੀ ਆਪਾਂ ਇੱਕ बार-बार ਕਹਿੰਦੇ ਰਹੇ ਹਾਂ ਕਿ ਜੇ ਬਾਪ ਦੀ ਮਾਪਿਆਂ ਦੀ ਗਲਤੀ ਹੋਵੇ ਤਾਂ ਉਹਦਾ ਬਲੇਮ ਬੱਚਿਆਂ ਨੂੰ ਨਹੀਂ ਦੇਣਾ ਚਾਹੀਦਾ ਨਹੀਂ ਦੇਣਾ ਚਾਹੀਦਾ ਜੇ ਬੱਚੇ ਕੋਈ ਗਲਤੀ ਕਰ ਲੈਣ ਤਾਂ ਮਾਪਿਆਂ ਨੂੰ ਜਿਹੜਾ ਹੈਗਾ ਡੀਫੇਮ ਨਹੀਂ ਕਰਨਾ ਚਾਹੀਦਾ ਸੀ ਰੋਕਦੇ ਰਹੇ ਹਮਮ ਲੇਕਿਨ ਜੇ ਬੰਦਾ ਆਪਣੀ ਮਾਂ ਨੂੰ ਖਾਵੇ ਹਮ ਜ਼ਮੀਨ ਸਾਡੀ ਮਾਂ ਹੈ ਤੇ ਜ਼ਮੀਨ ਦੀ ਖਾਤਰ ਕਿਸਾਨ ਲੜਦੇ ਆ ਜਿਸ ਢੰਗ ਦੇ ਨਾਲ ਜਾ ਕੇ ਇਹਨਾਂ ਨੇ ਉੱਥੇ ਗੜਬੜ ਸ਼ੁਰੂ ਕੀਤੀ ਹੈ ਜੀ ਜਿਸ ਦਿਨ ਰਾਤ ਨੂੰ 25 ਤਾਰੀਖ ਨੂੰ ਆਪਾਂ ਉੱਥੇ ਹੀ ਸੀ ਹਾਂਜੀ ਬਿਲਕੁਲ ਉੱਥੇ ਸੀ 25 ਤਾਰੀਖ ਦੀ ਰਾਤ ਨੂੰ ਜਿਹੜਾ ਹੜਦੋਂਗੋ ਬੱਚੇ ਹੂੰ ਉਸ ਹੜਦੋਂਗੋ ਬਚਾਉਣ ਵਾਲਿਆਂ ਦੇ ਵਿੱਚ ਦੀਪ ਸਿੱਧੂ ਵੀ ਸੀ ਹੂੰ ਔਰ ਇਹਦੀ ਤੁਸੀਂ ਦੇਖੋ ਹੂੰ ਤਰਤੀਬ ਦੇਖੋ ਜੀ 25 ਤਾਰੀਖ ਦੀ ਰਾਤ ਨੂੰ 10 ਵਜੇ ਦੇ ਕਰੀਬ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਆਉਂਦੇ ਐ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦੇ ਕੈਂਪ ਦੇ ਵਿੱਚ ਅੱਛਾ ਜੀ ਉੱਥੇ ਮੀਟਿੰਗ ਹੁੰਦੀ ਐ ਇਹ ਗੱਲ ਜਿਹੜੀ ਐ ਬਲਬੀਰ ਸਿੰਘ ਰਾਜੇਵਾਲ ਨੇ ਔਨ ਰਿਕਾਰਡ ਇਲਜ਼ਾਮ ਲਾਇਆ ਜ ਜੇ ਉੱਥੇ ਆਉਦੇ ਆ ਉਹਨਾਂ ਦੀ ਇੱਕ ਜਿਹੜੀ ਅੰਡਰਸਟੈਂਡਿੰਗ ਬਣਦੀ ਹੈ ਉਸ ਅੰਡਰਸਟੈਂਡਿੰਗ ਤੋਂ ਬਾਅਦ ਸਿੰਘੂ ਮੂਰਤੀ ਜਿਹੜਾ ਹੈਗਾ ਸਿੰਘੂ ਮੂਰਤੀ ਨੂੰ ਜੇ ਅਸੀਂ ਦੇਖੀ ਤਾਂ ਤਿੰਨ ਪੜਾਮਾਂ ਚ ਤਿੰਨ ਪੜਾਮਾਂ ਚ ਤਿੰਨ ਪੜਾ ਇੱਕ ਪੜਾ ਜਿਹੜਾ ਹੈਗਾ ਸਿੰਘੂ ਮੂਰਤੀ ਦਾ ਜਿਹੜਾ ਦਿੱਲੀ ਵਾਲਾ ਪਾਸੇ ਹੂੰ ਦਿੱਲੀ ਵਾਲੇ ਪਾਸੇ ਨੰਬਰ ਇਹ ਇੱਕ ਤੇ ਜਿਹੜੇ ਨੰਬਰ 1 ਦੇ ਉੱਤੇ ਜਿੱਨਾ ਲੋਕਾਂ ਨੂੰ ਬੈਠਣ ਵਾਸਤੇ ਥਾਂ ਦਿੱਤੀ ਹੈ ਉਹ ਕੌਣ ਹੈ ਜੀ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਅੰਮ੍ਰਿਤਸਰ ਵਾਲੇ ਅੰਮ੍ਰਿਤਸਰ ਵਾਲੇ ਉਹ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਕੌਣ ਉਹ ਲਿਆ ਨਿੰਗ ਸਿੰਘ ਨਿੰਗ ਸਿੰਘ ਜਿਹੜਾ ਸਿੰਘੂ ਮੋਰਚਾ ਅਸਲ ਕਿਸਾਨ ਜਿੱਥੇ ਬੰਦੇ ਕਹਿੰਦਾ ਤਾਂ ਤੀਜੇ ਨੰਬਰ ਤੇ ਆਉਂਦਾ ਹੈ ਸੜਕ ਦੇ ਉੱਤੇ ਤੀਜੇ ਨੰਬਰ ਤੇ 90% ਦਾ ਲੋਕ ਉੱਥੋਂ ਮੁੜੀ ਆਉਂਦੇ ਆ ਉੱਥੋਂ ਮੁੜੀ ਆਉਂਦੇ ਉੱਥੇ ਬੈਰੀਕੇਡਿੰਗ ਕੀਤੀ ਹੋਈ ਹੈ ਲੇਕਿਨ ਇਹਨਾਂ ਵਾਲੇ ਪਾਸੇ ਜਿਹੜੀ ਹੈਗੀ ਇਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਸੀ ਫਿਰ ਜਿਹੜੀ ਅੱਗੇ ਬੈ ਔਰ ਜਿਹੜੀਆਂ ਤਕਰੀਰਾਂ ਵੀ ਅਸੀਂ ਸੁਣੀਆਂ ਵੀਡੀਓ ਵੀ ਵਾਇਰਲ ਹੋਈਆਂ ਉਹਨਾਂ ਵੀਡੀਓਜ਼ ਦੇ ਵਿੱਚ ਇਹ ਕਹਿੰਦੇ ਆ ਜੀ ਕਿਸਾਨ ਸੰਘਰਸ਼ ਕਮੇਟੀ ਵਾਲੇ ਜੋ ਕਰ ਰਹੇ ਆ ਲੀਡ ਉਹ ਕਰਨਗੇ ਆਪਾਂ ਉਹਨਾਂ ਨਾਲ ਜਾਣਾ ਜਿਹੜਾ ਪ੍ਰਸਤਾਵਿਤ ਅੰਦੋਲਨ ਹੈ ਜਿਹੜਾ ਸੰਯੁਕਤ ਮੋਰਚੇ ਤੋਂ ਆਟੋਗੇ ਸੀ ਸੰਯੁਕਤ ਮੋਰਚੇ ਤੋਂ ਆਟੋ ਹੋਣ ਵਾਲੀ ਗੱਲ ਹੋ ਗਈ ਸੀ ਫੈਸਲਾ ਇਹ ਹੋਇਆ ਆ ਨੋਟਿਸ ਕੱਢ ਦਿੱਤੇ ਆ ਕਿਸਾਨਾਂ ਨੂੰ ਉਹਨਾਂ ਨੋਟਿਸਾਂ ਦੇ ਵਿੱਚ ਉਹਨਾਂ ਨੂੰ ਕਿਹਾ ਜੀ ਤੁਸੀਂ ਇਹ ਦੱਸੋ ਵੀ ਤੁਸੀਂ ਤੁਹਾਨੂੰ ਜਿਹੜਾ ਕਹਿ ਸੀ ਕਿ 11 ਵਜੇ ਜਾਣ ਦੇ ਤੁਸੀਂ ਪਹਿਲਾਂ ਕਿਉਂ ਤੁਰ ਪਏ ਕਿਉਂਕਿ 11 ਵਜੇ ਤੱਕ ਪਰੇਡ ਜਿਹੜੀ ਹੈਗੀ ਉੱਥੋਂ ਰਵਾਨਾ ਹੋਣੀ ਸੀ ਲਾਲ ਚੇਲੇ ਵੱਲ ਨੂੰ ਤੁਸੀਂ ਪਹਿਲਾਂ ਤੁਰੇ ਨੋਟਿਸ ਦਿੱਤੇ ਉਹਨਾਂ ਨੇ ਤੁਹਾਡੇ ਖਿਲਾਫ ਕਿਉਂ ਨਾ ਕਾਰਵਾਈ ਕੀਤੀ ਜਾਵੇ ਐਫ ਆਰ ਆ ਵੀ ਦਰਜ ਕੀਤੀ ਉਹਨਾਂ ਨੇ ਨੋਟਿਸ ਵੀ ਦੇ ਦਿੱਤੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਹੈਗੀ ਹੈ ਸਿੰਘੂ ਮੋਰਚੇ ਦਾ ਬਾਰਡਰ ਰਾਤ ਤੇ ਰਾਤ ਕਿਉਂ ਖੋਲਤਾ ਤੜਕੇ 8 ਵਜੇ ਉੱਥੋਂ ਉਹਨਾਂ ਨੂੰ ਜਾਣ ਦੀ ਇਜਾਜ਼ਤ ਕਿਉਂ ਦਿੱਤੀ ਫਿਰ ਜਦੋਂ ਜਦੋਂ ਉਹਨਾਂ ਨੇ ਰਿੰਗ ਰੋਡ ਤੇ ਪੈਣਾ ਸੀ ਰਿੰਗ ਰੋਡ ਤੇ ਉਹ ਪੈ ਗਏ ਰਿੰਗ ਰੋਡ ਤੋਂ ਜਿਹੜੇ ਦੂਜੇ ਪਾਸੇ ਨੂੰ ਬਾਹਰ ਨਿਕਲਣਾ ਸੀ ਉਧਰਲੇ ਪਾਸੇ ਨਾਕੇ ਲਾਤੇ ਸੱਗੇ ਪਾਸੇ ਨਾਕੇ ਲਾ ਕੇ ਖੱਬੇ ਮੋੜਨਾ ਤੇ ਦਸਾਂ ਵੀ ਲਾਲਕਿਲੇ ਵਾਲੇ ਪਾਸੇ ਨੂੰ ਜਾਓ ਲਾਲਕਿਲੇ ਵਾਲੇ ਪਾਸੇ ਖੱਬੇ ਪਾਸੇ ਐਨ ਮੋੜ ਇਹ ਲੋਕ ਨਾਲ ਜਾ ਰਹੇ ਆ ਦੀਪ ਸਿੱਧੂ ਵਰਗੇ ਬੰਦੇ ਕਿ ਇਹਨਾਂ ਨੂੰ ਪਤਾ ਨਹੀਂ ਸੀ ਅਸੀਂ ਕਿੱਧਰ ਜਾ ਰਹੇ ਹਾਂ ਸਾਬ ਕਿਉਂ ਨਹੀਂ ਪਤਾ ਸੀਗਾ ਦੂਜੀ ਗੱਲ ਇਹ ਹੈ ਕਿ ਜਦੋਂ ਉੱਥੇ ਝੰਡਾ ਲਹਿਰਾਤਾ ਮੈਂ ਫੇਰ ਗੱਲ ਬਾਰੀ-ਬਾਰੀ ਇਹ ਗੱਲ ਕਹਿਣਾ ਕਿ ਝੰਡਾ ਲਹਿਰਾਉਣਾ ਕੋਈ ਪਾਪ ਨਹੀਂ ਜੀ ਝੰਡਾ ਲਹਿਰਾਤਾ ਝੰਡਾ ਲਹਿਰਾਉਣ ਤੋਂ ਬਾਅਦ ਜਿਹੜਾ ਲਾਲਕਿੜਾ 15 ਅਗਸਤ ਤੇ 26 ਜਨਵਰੀ ਨੂੰ ਆਰਮੀ ਦੇ ਹਵਾਲੇ ਹੁੰਦਾ ਹੈ ਜੀ ਉੱਥੇ ਇਹ ਸਕਿਉਰਿਟੀ ਦੇ ਪ੍ਰਬੰਧ ਕਿਉਂ ਨਹੀਂ ਸੀ ਪਹਿਲੇ ਦਿਨ ਸਕਿਉਰਿਟੀ ਹਾਈ ਲਰਟ ਹੋਵੇ ਪਹਿਲੇ ਦਿਨ ਸਕਿਉਰਿਟੀ ਦੇ ਪ੍ਰਬੰਧ ਸੀ ਅਗਲੇ ਦਿਨ ਜਦੋਂ ਗੜਬੜ ਹੋ ਗਈ ਫਿਰ ਸਕਿਉਰਿਟੀ ਉੱਥੇ ਪੈਰਾਮਿਲਟਰੀ ਫੋਰਸ ਲਾਤੀ ਬਿਚਾਲੇ ਦਿਨ ਕਿਉਂ ਨਹੀਂ ਸੀ ਸੀਉ ਨਹੀਂ ਸੀ 26 ਜਨਵਰੀ ਨੂੰ ਉੱਥੇ ਕਿਉਂ ਨਹੀਂ ਸੀ ਉਹ ਥਾਂ ਖਾਲੀ ਕਿਉਂ ਰੱਖੀ ਦੀਪ ਸਿੱਧੂ ਨੇ ਚਿਹਰਾ ਜਰਾਤਾ ਇੱਕ ਮੋਟਰਸਾਈਕਲ ਚਾਬੀ ਉਹਦੇ ਵਿੱਚ ਪਾਈ ਹੈ ਮੋਟਰਸਾਈਕਲ ਉੱਥੇ ਕਿਵੇਂ ਖੜਾ ਹੈ ਉਹ ਮੋਟਰਸਾਈਕਲ ਕੀਪੁਰਸ ਦੀ ਮਰਜ਼ੀ ਤੋਂ ਵਗੈਰ ਖੜਾ ਹੈ ਜੀ ਇਹ ਜ ਮਤਲਬ ਇਹ ਹੈ ਕਿ ਇਹ ਪਲੈਨਿੰਗ ਸਾਰੀ ਬਣਾਈ ਹੋਈ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦੇ ਨਾਲ ਔਰ ਦੀਪ ਸਿੱਧੂ ਦੇ ਨਾਲ ਕਿ ਤੁਸੀਂ ਇੰਨੀ ਕੰਮ ਕਰ ਦਿਓ ਸਦਾ ਇੰਨਾ ਕੰਮ ਕਰ ਦਿਓ ਬਾਕੀ ਕੰਮ ਅਸੀਂ ਕਰ ਲਾਂਗੇ ਅੱਜ ਖਬਰਾਂ ਆ ਰਹੀਆਂ ਨੇ ਹੂੰ ਕਿ ਦੀ ਵਾਰਡਰਾਂ ਦੇ ਉੱਤੇ ਜਿਹੜੇ ਹੈਗੇ ਸਥਾਨਕ ਲੋਕ ਜਿਹੜੇ ਤਿਰੰਗੇ ਝੰਡੇ ਫੜ ਕੇ ਆ ਗਏ ਉਹ ਵਿਰੋਧ ਕਰ ਰਹੇ ਕਿ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਨੂੰ ਅਸੀਂ ਜਿਹੜਾ ਹੈਗਾ ਇੱਥੇ ਸਾਡੇ ਕਿਉਂ ਬੈਠੇ ਹੈ ਵਾਪਸ ਜਾਣ ਔਰ ਉਹ ਬੰਦੇ ਕਹੋ ਨਾ ਬੀਜੇਪੀ ਤੇ ਆਰਐਸਐਸ ਦੇ ਆਹੀ ਚੀਜ਼ ਤਾਂ ਚੋਂਦੇ ਸੀ ਇਹ ਚੀਜ਼ ਦੀਪ ਸਿੱਧੂ ਨੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਨੇ ਕਰਤੀ ਹੁਣ ਬਹੁਤ ਸਾਰੇ ਜਿਹੜੇ ਹੈਗੇ ਸਾਡੇ ਸੱਜਣ ਆ ਸਾਡੇ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਮੇਰੇ ਬਾਰੇ ਮੈਨੂੰ ਟਾਊਟ ਕਹੂਗਾ ਕੋਈ ਤੁਹਾਨੂੰ ਟਾਊਟ ਕਹੂਗਾ ਬੜਾ ਤੇ ਬੋਲੀ ਜਾਂਦੇ ਹਾਂ ਹਾਂ ਬੋਲੀ ਜਾਂਦੇ ਬੋਲੀ ਜਾਂ ਬੋਲੀ ਜਾਂਦੇ ਅਸੀਂ ਨਾ ਪਹਿਲਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ ਨਾ ਹੁਣ ਭੱਜਾਂਗੇ ਅਸੀਂ ਜਿਹੜੀ ਹੈਗੀ ਠੀਕ ਤਰੀਕੇ ਦੇ ਨਾਲ ਠੀਕ ਇਨਫੋਰਮੇਸ਼ਨ ਆਪਣੇ ਸਰੋਤਿਆਂ ਨੂੰ ਪ੍ਰੋਵਾਈਡ ਕਰਾਂਗੇ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਹਵਾ ਦੇ ਰੁੱਖ ਨਾਲ ਨਹੀਂ ਚੱਲਦੇ ਅਸੀਂ ਪਾਣੀ ਦੇ ਬਹਾਰ ਨਾਲ ਨਹੀਂ ਚੱਲਦੇ ਅਸੀਂ ਪਾਣੀ ਦੇ ਉਲਟ ਚੱਲਦੇ ਹਾਂ ਅਸੀਂ ਉਲਟ ਚੱਲਦੇ ਹਾਂ ਅਸੀਂ ਲੋਕਾਂ ਨੂੰ ਦੱਸਾਂਗੇ ਕੱਲ ਨੂੰ ਹੋਰ 2 ਮਹੀਨੇ ਨੂੰ 3 ਮਹੀਨੇ ਨੂੰ ਜਿਹੜੇ ਗੱਲਾਂ ਸਾਫ਼ ਤੋਂ ਨਹੀਂ ਗਈਆਂ ਫਿਰ ਉਹੀ ਬੰਦੇ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਵੇਲੇ ਸਾਨੂੰ ਗਾਲ੍ਹਾਂ ਕੱਢਦੇ ਹੁੰਦੇ ਸੀ ਹੁਣ ਅੱਜ ਮਿੱਤਰ ਬਣੇ ਮਿੱਤਰ ਬਣੇ ਕੱਲ ਨੂੰ ਫਿਰ ਉਹੀ ਹਾਲਾਤ ਬਣਨਗੇ ਪਰ ਸਥਿਤੀ ਇਹ ਹੈ ਕਿ ਜਿਹੜੀ ਚੀਜ਼ ਉਹ ਚਾਹੁੰਦੇ ਸੀ ਉਹ ਦੀਪ ਸਿੱਧੂ ਹੋਰਾਂ ਨੇ ਕਰ ਦਿੱਤੀ ਤੇ ਹੁਣ ਅੱਜ ਫੇਰ ਗੋਦੀ ਮੀਡੀਆ ਉਹਨਾਂ ਨੂੰ ਤਰੰਗੇ ਵਾਲਿਆਂ ਨੂੰ ਦਿਖਾ ਰਿਹਾ ਜੀ ਆ ਦੇਖੋ ਕਿਸਾਨਾਂ ਨੂੰ ਉਠਾਉਣ ਵਾਸਤੇ ਆ ਗਏ ਹੂੰ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਹੈ ਇਹ ਤਾਂ ਕਿਸਾਨਾਂ ਦੀ ਜਿਹੜੀ ਹੈਗੀ ਸ਼ਾਬਾਸ਼ ਹੀ ਕਮਾ ਗਿਆ ਆਪਾਂ ਕਿ ਉਹ ਟਕਰਾਜ ਨਹੀਂ ਪੈ ਟਕਰਾਜ ਨਹੀਂ ਪੈ ਉਹ ਟਕਰਾਜ ਨਹੀਂ ਪੈਗੇ ਉਹ ਚੁੱਪ ਕਰਕੇ ਆਪੋ ਆਪਣੇ ਥਾਂਾਂ ਤੇ ਬੈਠੇ ਆ ਉਹ ਅਵਾ-ਤਵਾ ਵੀ ਸੁਣ ਰਹੇ ਆ ਉਹਨਾਂ ਪ੍ਰਤੀ ਜਿਹੜਾ ਅਵਾ-ਤਵਾ ਬੁਲਾਈ ਜਾ ਰਹੀ ਹੈ ਉਹ ਬੁਲਾਈ ਜਾ ਰਹੀ ਹੈ ਹੂੰ ਸੋ ਮੈਂ ਜਿਵੇਂ ਗੱਲ ਕਰਦਾ ਸੀ ਕਿ ਇਹਦੇ ਬਾਪ ਦੇ ਖਿਲਾਫ ਇਲ ਭੋਲੇ ਦਾ ਕਤਲ ਕਰਵਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਪੈਸੇ ਦਵਾਉਣ ਦੇ ਮਾਮਲੇ ਦੇ ਵਿੱਚ ਇਹਦੇ ਬਾਅਦ ਹੀ ਗ੍ਰਿਫਤਾਰੀ ਵੀ ਹੋਈ ਸੀ ਜੀ ਔਰ ਗ੍ਰਿਫਤਾਰੀ ਹੋਣ ਤੋਂ ਬਾਅਦ ਉਹਨੂੰ ਬੰਦੇ ਨੂੰ ਜੇਲ੍ਹ ਦੇ ਵਿੱਚ ਵੀ ਰੱਖਿਆ ਸੀ ਜੀ ਜੇਲ੍ਹ 'ਚ ਰੱਖਣ ਤੋਂ ਬਾਅਦ ਫਿਰ ਕਿਉਂਕਿ ਇਹਨਾਂ ਕੇਸਾਂ ਦੇ ਵਿੱਚ ਐਵੀਡੈਂਸ ਵਗੈਰਾ ਕੋਈ ਹੋਣੇ ਬਿਨਾਂ ਸ਼ੱਕ ਉਹ ਅਦਾਲਤ ਚੋਂ ਵੀ ਹੋ ਗਿਆ ਸੀ ਹਮਮ ਲੇਕਿਨ ਕੁਝ ਇਲਜ਼ਾਮ ਇਹ ਜੇ ਹੈ ਕਿ ਭਵੇਂ ਅਦਾਲਤਾਂ ਚੋਂ ਬੰਦਾ ਦੋਸ਼ ਮੁਕਤ ਹੋ ਜੇ ਲੋਕਾਂ ਦੀ ਅਦਾਲਤ ਦੇ ਵਿੱਚ ਉਹਦੀ ਦੰਦ ਕਥਾ ਹੁੰਦੀ ਰਹਿੰਦੀ ਹੈ ਨਹੀਂ ਸੀ ਪਤਾ ਲੋਕਾਂ ਨੂੰ ਕਿ ਦੀਪ ਸਿੱਧੂ ਕਿੱਥੋਂ ਦਾ ਹੁਣ ਪਤਾ ਲੱਗਾ ਕਿ ਉਹਦੇ ਕਰਨ ਦਾ ਇਹ ਸਭ ਨੂੰ ਪਤਾ ਲੱਗਾ ਸੁਰਜੀਤ ਸਿੰਘ ਦਾ ਮੁੰਡਾ ਤੇ ਹੁਣ ਉਹ ਸਾਰੀਆਂ ਚੀਜ਼ਾਂ ਉੱਠ ਉੱਠ ਕੇ ਬਾਹਰ ਆ ਗਈਆਂ ਲੀਰਾਂ ਦੀ ਖੁੱਦੋ ਖੁੱਲ ਰਹੀ ਹੈ ਲੋਕ ਦੱਸ ਰਹੇ ਕਿ ਤੇ ਇਹਦਾ ਨਾਮ ਸੰਦੀਪ ਸੀ ਮੈਨੂੰ ਕੀ ਪਤਾ ਸੀ ਮੈਨੂੰ ਵੀ ਨਹੀਂ ਪਤਾ ਸੀ ਇਹਦਾ ਨਾਮ ਸੰਦੀਪ ਸਿੱਧੂ ਹੈ ਸੰਦੀਪ ਤੋਂ ਦੀਪ ਸਿੱਧੂ ਬਣਿਆ ਵੈ ਔਰ ਜਿਹੜਾ ਹੈਗਾ ਜਦੋਂ ਉਹਦੀ ਉਹਦੀ ਫਿਰ ਬਦਨਾਮੀ ਬਹੁਤ ਜ਼ਿਆਦਾ ਹੋ ਗਈ ਇਹਦੇ ਬਾਪ ਦੀ ਇੱਕ ਹੋਰ ਹੈ ਬਲਵਿੰਦਰ ਸਿੰਘ ਲٹے ਹੁੰਦਾ ਸੀ ਕਰਮਗੜ ਛਤਰਾਂ ਦਾ ਬਲਵਿੰਦਰ ਸਿੰਘ ਲٹے ਹੁੰਦਾ ਸੀ ਬਹੁਤ ਵਧੀਆ ਮੁੰਡਾ ਸੀ ਹਾਲਾਤ ਇਹੋ ਜਿਹੇ ਬਣ ਗਏ ਕਿ ਪੁਲਿਸ ਨੇ ਭਜਾਤਾ ਉਖੜਕੂ ਬਣ ਗਿਆ ਜੀ ਉਹਦੇ ਤੇ ਇਲਜ਼ਾਮ ਇਹ ਸੀ ਕਿ ਉਹਨੇ ਆਪਦੇ ਪਿੰਡ ਦੇ ਇੱਕ ਮੁਨਸ਼ੀ ਨੂੰ ਜੀ ਦਾ ਨਾਮ ਪਰਮਜੀਤ ਸਿੰਘ ਸੀ ਉਹਨੂੰ ਕਤਲ ਕਰਤਾ ਸੀ ਜੀ ਪਰਮਜੀਤ ਵੀ ਮੁੰਡਾ ਚੰਗਾ ਸੀ ਔਰ ਉਹਨੂੰ ਕਤਲ ਕਰਤਾ ਸੀ ਇਤਫਾਕਨ ਜਿਹੜਾ ਪਰਮਜੀਤ ਸਿੰਘ ਸੀ ਉਹ ਦੀਪ ਸਿੱਧੂ ਦੇ ਬਾਪ ਸੁਰਜੀਤ ਸਿੰਘ ਸਿੱਧੂ ਦਾ ਵਕੀਲ ਨੂੰ ਚੀਸੀ ਮੁਰਚੀ ਸੀ ਮੁਰਚੀ ਸੀ ਮੈਨੂੰ ਦੱਸਿਆ ਕੱਲ ਕਿਸੇ ਬੰਦੇ ਨੇ ਦੱਸਿਆ ਕਹਿੰਦੇ ਵੀ ਮੈਂ ਕੋਲੇ ਬੈਠਾ ਸੀ ਹਾਂ ਔਰ ਜਦੋਂ ਉਹ ਬਲਜਿੰਦਰ ਸਿੰਘ ਲਿੱਟੇ ਦਾ ਮਾਮਾ ਜਿਹੜਾ ਆਰਮੀ ਚ ਰਿਟਾਇਰ ਹੋਇਆ ਸੀ ਕਮਲਾ ਨਹਿਰੂ ਦੇ ਵਿੱਚ ਅਜੇ ਨਿਸ਼ਾਨੀ ਪਈ ਹੈ ਜੀ ਕਮਲਾ ਨਹਿਰੂ ਦੇ ਵਿੱਚ ਉਹ ਬੰਦੇ ਦੀ ਕੋਠੀ ਪਈ ਅਜੇ ਤੱਕ ਉਹਨੂੰ ਸੀਮਿੰਟਡ ਵਗੈਰਾ ਨਹੀਂ ਸੀ ਕੀਤਾ ਉਹ ਬੰਦਾ ਉਹਦੇ ਵਿੱਚ ਬੈਠਾ ਸੀ ਇਹ ਕਹਿੰਦੇ ਆ ਕਿ ਜੀ ਉਹ ਬੰਦਾ ਚੱਕਿਆ ਗਿਆ ਤੇ ਪੁਲਿਸ ਨੇ ਖਤਮ ਕਰਤਾ ਇਲਜ਼ਾਮ ਇਹ ਲੈ ਹਮ ਲੋਕ ਇਹ ਇਲਜ਼ਾਮ ਲਉਂਦੇ ਆ ਕਿ ਕਿਉਂਕਿ ਇਹਦੇ ਬਾਪ ਦਾ ਮੁਨਸ਼ੀ ਸੀ ਸ਼ਾਇਦ ਇਹਦੀ ਉਹਦੇ ਵਿੱਚ ਕੋਈ ਇਨਵੋਲਵਮੈਂਟ ਹੋਵੇ ਜੀ ਸ਼ਾਇਦ ਮੈਂ ਸ਼ਾਇਦ ਕਿ ਕੋਈ ਕੋਈ ਇਨਵੋਲਵਮੈਂਟ ਹੋਵੇ ਨਤੀਜਾ ਫਿਰ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸ਼ੱਕ ਚ ਕਿਵੇਂ ਤਬਦੀਲ ਹੁੰਦੀਆਂ ਇਹ ਉਦੋਂ ਤਬਦੀਲ ਹੁੰਦੀਆਂ ਜਦੋਂ ਫਿਰ ਬਰੀ ਹੋਣ ਤੋਂ ਬਾਅਦ ਸੁਰਜੀਤ ਸਿੰਘ ਨੇ ਬਠਿੰਡੇ ਰੈਣਾ ਮੁਨਾਸਬ ਨਹੀਂ ਸਮਝਿਆ ਮੁਨਾਸਬ ਨਹੀਂ ਸਮਝਿਆ ਔਰ ਉਹ ਇੱਥੋਂ ਚਲਾ ਗਿਆ ਸੀ ਲੁਧਿਆਣੇ ਲੁਧਿਆਣੇ ਕਚਹਿਰੀ ਚ ਪ੍ਰੈਕਟਿਸ ਕਰ ਦਿੱਤੀ ਸੀ ਤੇ ਤਰੀਕੇ ਅੱਜ ਜੀ 3 ਕਿ ਪਿੰਡ ਦੇ ਵਿੱਚ ਉਹਨੇ ਰਹਿਣ ਵਾਸਤੇ ਆਪਣਾ ਮਕਾਨ ਲੈਸੀ ਜਿਹੜਾ ਮਕਾਨ ਹੁਣ ਵੀ ਉੱਥੇ ਹੈ ਹੂੰ ਸੋ ਇਹ ਹੈ ਕਿ ਜੋ ਕੁਝ ਹੋਇਆ ਅਸੀਂ ਨਹੀਂ ਸਾਡੀ ਉਹਦੀ ਯਾਤ ਨਾਲ ਕੋਈ ਸਾਨੂੰ ਦੁਸ਼ਮਣੀ ਨਹੀਂ ਸਾਨੂੰ ਉਹਦੇ ਨਾਲ ਕੋਈ ਰੰਜਿ ਨਹੀਂ ਲੇਕਿਨ ਕਿਸਾਨ ਅੰਦੋਲਨ ਨੂੰ ਜਿਹੜਾ ਇੱਕ ਵਾਰੀ ਇਸ ਸਥਿਤੀ ਤੇ ਖੜਾ ਕਰਤਾ ਜਿਹੜੀ ਹੈ ਜਿਹੜੀ ਹੈ ਹਰਸ਼ ਤੋਂ ਹਰਸ਼ ਤੇ ਲਿਆ ਕੇ ਮਤਲਬ ਇਹਨਾਂ ਨੇ ਸੁੱਟਿਆ ਇਹਨੂੰ ਕੋਈ ਮਾਫ ਨਹੀਂ ਕਰ ਰਿਹਾ ਅੱਜ ਕਿਸੇ ਫੇਸਬੁੱਕ ਦੇ ਉੱਤੇ ਮੇਰੇ ਬਾਰੇ ਇੱਕ ਸੱਜਣ ਲਿਖੀ ਜਾਂਦਾ ਸੀ ਹੂੰ ਕਹਿੰਦਾ ਲੱਖਾਂ ਬੰਦਿਆਂ ਨੂੰ ਜਿਹੜਾ ਇੱਕ ਤਕਰੀਰ ਨਾਲ ਲੱਗੇ ਲੱਖਾਂ ਕਿਹੜੇ ਸੀ ਹੂੰ ਜੇ ਲੱਖਾਂ ਹੁੰਦੇ ਫਿਰ ਜੇ ਆਪਾਂ ਕਹਿੰਦੇ ਇੱਕ ਜੇ ਖਾਲਸਾ ਹੀ ਨਿਸ਼ਾਨ ਚੁਲਾਤਾ ਸੀ ਹੂੰ ਤੇ ਫਿਰ ਖੜਦਾ ਉੱਥੇ ਜੇ ਉਹ ਖਾਲਸਾ ਹੀ ਨਿਸ਼ਾਨ ਜਦੋਂ ਫਿਰ ਉਹਦੀ ਪ੍ਰੋਟੈਕਟ ਵੀ ਕਰਦਾ ਫਿਰ ਉੱਥੇ ਖੜਦਾ ਖੜਦਾ ਲੋਕਾਂ ਨੂੰ ਨਾਲ ਬਚਾਉਂਦਾ ਅਗਲੀ ਅਗਲੀ ਗੱਲ ਅਗਲੀ ਗੱਲ ਮੈਂ ਕਹਿੰਦਾ ਕਿ ਤੁਸੀਂ ਐਫ ਆਈ ਆਰਾਂ ਦੇਖ ਲਓ ਹੂੰ ਜਿਹੜੀਆਂ ਐਫ ਆਈ ਆਰਾਂ ਦਰਜ ਹੋਈਆਂ 124 ਇੱਕ ਐਫ ਆਈ ਆਰ ਦਰਜ ਹੋਈ ਹੈ ਜੀ ਕਿ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਕੀਤੀ ਹੈ ਦੇਸ਼ ਦੇ ਖਿਲਾਫ ਉਹਨਾਂ ਨੇ ਕਿਸਮ ਦਾ ਰੈਵੋਲਟ ਕੀਤਾ ਇੱਕ ਜਿਹੜੀ ਹੈਗੀ ਐ ਦੀਪ ਦੇ ਨਾਂ ਦੇ ਉੱਤੇ ਵੀ ਤਲਖੇ ਦੇ ਨਾਂ ਤੇ ਵੀ ਐਫ ਆਈ ਆਰ ਹੋ ਗਈ ਹੂੰ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਜਿਹੜੀ ਦੀਪ ਵਾਲੀ ਐਫ ਆਈ ਆਰ ਹੈ ਜੀ ਉਹਦੇ ਵਿੱਚ ਬਹੁਤ ਮਾਮੂਲੀ ਜਿਹੇ ਧਰਾਮਾਂ ਲੱਗੀਆਂ ਹੋਣਗੀਆਂ ਹੂੰ ਪਹਿਲੀ ਗੱਲ ਤਾਂ ਵੀ ਇਹਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕਰਨਾ ਜੀ ਜੇ ਗ੍ਰਿਫਤਾਰੀ ਦੀ ਨੌਬਤ ਆ ਗਈ ਇਸ ਬੰਦੇ ਦੀ ਪੇਸ਼ਗੀ ਜ਼ਮਾਨਤ ਉਸ ਦੀ ਜ਼ਮਾਨਤ ਉਠਾਣੇ ਚੋ ਕਰਵਾਈ ਜਾਊਗੀ ਕਰਵਾਈ ਜਾਊਗੀ ਨਾ ਥਾਣੇ ਚੋਂ ਨਾ ਹੋਵੇ ਇਹਦੀ ਪੇਸ਼ਗੀ ਜ਼ਮਾਨਤ ਕੋਰਟ ਚੋਂ ਵੀ ਕਰਵਾਈ ਜਾ ਸਕਦੀ ਐ ਸਟੇਟੇ ਦੀ ਮਦਦ ਕਰੂਗੀ ਹਾਂ ਕਿਉਂਕਿ ਇਹਨੇ ਸਟੇਟੇ ਇਹਨੇ ਕੰਮ ਕੀਤਾ ਸਟੇਟ ਦਾ ਸਟੇਟ ਦਾ ਕੰਮ ਕੀਤਾ ਇਹ ਸਟੇਟ ਦਾ ਕੰਮ ਕੀਤਾ ਇਹ ਤਾਂ ਗੱਲ ਕੱਲ ਨੂੰ ਸਾਡੇ ਸਾਹਮਣੇ ਆ ਜਣੀ ਹੈ ਹੂੰ ਜੇ ਬੰਦਾ ਜਿਹੜਾ ਕੁਰਬਾਨੀ ਦਾ ਪੁੰਜ ਹੋਵੇ ਜਿਹੜਾ ਗੱਲ ਮਤਲਬ ਹੈ ਵੀ ਉਹਨਾਂ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਦੀ ਇਹਦੀ ਤਾਂ ਨਹੀਂ ਉਮਰ ਨਹੀਂ ਹੂੰ ਜਿਨ੍ਹਾਂ ਨੇ 40 40 45 45 50 50 ਸਾਲਸ ਜਿਨ੍ਹਾਂ ਨੇ ਸੰਘਰਸ਼ ਕੀਤਾ ਹੈ ਜੀ ਉਹਨਾਂ ਬੰਦਿਆਂ ਨੂੰ ਮਤਲਬ ਜਿਹੜਾ ਹੈਗਾ ਡੀਫੇਮ ਕੀਤਾ ਕਰਨਾ ਉਹਨਾਂ ਨੂੰ ਡਿਸਰਟੈਂਟ ਕਰਨਾ ਇਸ ਕੀਮਤ ਦੇ ਵਿੱਚ ਮੈਂ ਤਾਂ ਇਹ ਸਮਝਦਾ ਕਿ ਜਿਹੜਾ 160 65 ਬੰਦੇ ਨੇ ਸ਼ਹਾਦਤ ਦਿੱਤੀ ਹੈ ਜੀ ਉਹਨਾਂ ਦੀ ਸ਼ਹਾਦਤ ਦੇ ਨਾਲ ਵੀ ਇਹ ਇੱਕ ਕਿਸਮ ਦਾ ਦਗਾ ਕਮਾਇਆ ਗਿਆ ਅੱਛਾ ਕਲੋਂ ਸਾਹਿਬ ਇੱਕ ਹੋਰ ਮੈਂ ਤੁਹਾਨੂੰ ਅਪਡੇਟ ਦਿੰਨਾ ਹੈ ਦੇ ਤੁਹਾਨੂੰ ਪਤਾ ਰੂਟ ਮੈਪ ਦਾ ਰੌਲਾ ਪਿਆ ਸੀ ਜੀ ਵੀ ਆਹ ਦੇਖੋ ਜੀ ਇੱਕ ਕਾਲੀ ਲਕੀਰ ਤੇ ਇੱਕ ਨੀਲੀ ਲਕੀਰ ਵਾਲਾ ਉਹ ਕਿਹੜੇ ਚੈਨਲ ਤੇ ਹੈ ਹਾਂ ਹਾਂ ਮੈਂ ਨਾਂ ਲੈ ਦਿੰਦਾ ਹਾਂ 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 ਉੱਚ ਆਨਅਰ ਹਾਂ ਦਾ ਪੱਤਰਕਾਰ ਕਰਦਾ ਔਨ 에ਰ ਕੀ ਦਾ ਹੈ ਔਨ 에ਰ ਦੀਪ ਸਿੱਧੂ ਦਾ ਫਾਈਨੈਂਸਰ ਹੈ ਦੇਵਗਨ ਪਟਿਆਲੇ ਵਾਲਾ ਹਾਂ ਉਹਦਾ ਪੂਰਾ ਨਾਂ ਕੀ ਉਹਦਾ ਉਹਦਾ ਹਰਪ੍ਰੀਤ ਦੇਵਗਨ ਕਰਕੇ ਹੈ ਹਾਂ ਉਹਦਾ ਫਿਲਮਾਂ 'ਚ ਪੈਸਾ ਲਾਉਂਦਾ ਹੈ ਹਾਂ ਇਕੱਠੇ ਰਹਿੰਦੇ ਨੇ ਇੱਥੋਂ ਤੱਕ ਵੀ ਖਬਰਾਂ ਨੇ ਇਹ ਹੋਟਲ ਮਰੀਡੀਅਨ 'ਚ ਰਹਿੰਦਾ ਰਿਹਾ ਸੰਘਰਸ਼ ਦੇ ਦੌਰਾਨ ਹੁਣ ਮਰੀਡੀਅਨ ਹੋਟਲ ਕਿੱਥੇ ਹੈ ਬਿਲਕੁਲ ਇੰਡੀਆ ਗੇਟ ਦੇ ਨਾਲ ਬਿਲਕੁਲ ਉੱਥੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਹੈ ਇੱਕ ਬੰਦਾ 50 ਕਿਲੋਮੀਟਰ ਤੈਅ ਕਰਕੇ ਮਰੀਡੀਅਨ ਦੇ ਵਿੱਚ ਰਹਿੰਦਾ ਹੈ ਸੰਘਰਸ਼ ਵਿੱਚ ਕਿਉਂ ਨਹੀਂ ਰਹਿੰਦਾ ਸੰਘਰਸ਼ ਵਿੱਚ ਉੱਥੇ ਬਹਿੰਦਾ ਕਿਉਂ ਨਹੀਂ ਰਾਜੇਵਾਲ ਤਾਂ ਬੈਠਾ ਹੈ ਰਾਜੇਵਾਲ ਤਾਂ ਬੈਠਾ ਹੈ ਸੁਪਾਲ ਬੈਠੇ ਉਗਰਾਹਾ ਬੈਠਾ ਹੈ ਉਗਰਾਹਾ ਬੈਠਾ ਠੀਕ ਹੈ ਠੀਕ ਹੈ ਜੀ ਹੁਣ ਚੀਜ਼ ਕੀ ਹੈ ਰਾਜੇਵਾਲ ਬੈਠਾ ਹੈ ਫਿਰ ਉਹ ਚੈਨਲ ਸਿਰਫ ਇਹ ਨੂੰ ਦਿਖਾਉਂਦਾ ਹੈ ਇਹਦਾ ਮਤਲਬ ਆਪਾਂ ਮੀਡੀਆ ਦੀ ਗੱਲ ਕੀਤੀ ਸੀ ਇੱਕ ਗੋਦੀ ਮੀਡੀਆ ਇੱਕ ਮੇਨਸਟਰੀਮ ਮੀਡੀਆ ਤੇ ਇੱਕ ਢੜਕਾਉ ਮੀਡੀਆ ਆ ਪੇਜਾਂ ਵਾਲਾ ਹਾਂ 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 ਠੀਕ ਕਿਉਂਕਿ ਇਹਨਾਂ ਨੇ ਜਦੋਂ ਰੌਲਾ ਫਿਰ ਰੌਲਾ ਅੱਜ ਫੇਸਬੁੱਕ ਤਾਂ ਨਹੀਂ ਕਿਤੇ ਪਾਈ ਦੀ ਉਹ ਮੈਪ ਉੱਥੀ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਬਣਾਇਆ ਲੀਕ ਹੋ ਤੇ ਤੁਹਾਡੇ ਕੋਲੇ ਸੋਰਸ ਕੀ ਸੀ ਬਰਦੀਪ ਸਿੱਧੂ ਦਾ ਤਾਂ ਉਹ ਬਣਾਇਆ ਗਿਆ ਨਾ ਵੀ ਤੁਹਾਨੂੰ ਆਹ ਰੂਟ ਬਣਾਤਾ ਤੁਹਾਡਾ ਹੂੰ ਬਿਲਕੁਲ 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 ਸੋ ਚੀਜ਼ਾਂ ਨੇ ਸਮਝਣੀਆਂ ਚਾਹੀਦੀਆਂ ਅਸੀਂ ਪੱਤਰਕਾਰ ਤਾਂ ਕਰਦੇ ਸਾਡੇ ਕੋਲੇ ਵੀ ਆਪਾਂ ਵੀ ਕਰਦੇ ਹੁਣ ਉੱਥੇ ਵਿੱਚ ਤੁਰੇ ਫਿਰਦੇ ਰਹੇ ਆ ਹੋਰ ਹੈ ਸਾਰਾ ਕੁਝ ਹੈ ਹਰਾਨੀ ਤੇ ਢਿੱਲੋ ਸਭ ਇਹ ਹੁੰਦੀ ਹੈ ਨਾ ਬੰਦਾ ਗਾਇਬ ਹੋ ਗਿਆ ਉੱਥੋਂ ਐਨ ਪੱਤਰ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਧਰਾਵਾ ਧਰਾਵਾ ਤਾਂ ਇਹਦਾ ਮੀਡੀਆ ਹੁਣ ਮੈਂ ਹੋਰ ਦੱਸਦਾ ਨਾ ਮੇਰੀ ਅੱਜ ਤੱਕ ਤੇ ਹੋਰ ਕੱਲ ਵੀ ਮੈਂ ਗੱਲ ਕੀਤੀ ਸੀ ਮੈਂ ਕਈਆਂ ਨੂੰ ਕਿਹਾ ਫੋਟੋ ਆ ਤਸਵੀਰਾਂ ਆਹ ਬੰਦਾ ਹੈ ਕਿਸੇ ਮੇਨਸਟ੍ਰੀਮ ਮੀਡੀਆ ਅਜ ਤੱਕ ਇੰਡੀਆ ਟੀਵੀ ਨੇ ਕਿਸੇ ਨੇ ਜ਼ੁਰਤ ਨਹੀਂ ਕੀਤੀ ਉਹ ਫੋਟੋਆਂ ਤਸਵੀਰਾਂ ਲਾਉਣ ਦੀ ਵੀ ਕੌਣ ਹੈ ਦੀਪ ਸਿੱਧੂ ਲੱਖੇ ਸਿਧਾਨੇ ਬਾਰੇ ਤਾਂ ਕਹੀ ਗਿਆ ਗੈਂਗਸਟਰ ਆ 15 ਕੇਸ ਆ ਉਹਦੇ ਬਾਰੇ ਉਹਦੇ ਬਾਰੇ ਕਹਿ ਰਹੇ ਸਵਾਲ ਤਾਂ ਇਹਨੇ ਕਿ ਸ਼ਾਇਦ ਲੱਖੇ ਸਿਧਾਨੇ ਦੇ ਕਨੈਕਸ਼ਨ ਹੈ ਨਹੀਂ ਕਿ ਉਹਨਾਂ ਨਾਲ ਹਾਂ ਲੱਖੇ ਸਿਧਾਨੇ ਦੇ ਕਨੈਕਸ਼ਨ ਭਾਜਪਾ ਦੀ ਲੀਡਰਸ਼ਿਪ ਨਾਲ ਨਹੀਂ ਹੈ ਉਹਦੇ ਬਾਰੇ ਐਸਐਸ ਨਾਲ ਹੀ ਹੈ ਹਾਂ ਜੇ ਦੀਪ ਸਿੱਧੂ ਦੀ ਗੱਲ ਕਰਦੇ ਆ ਤਾਂ ਇਹ ਤੱਕ ਲੀਕ ਹੋ ਗਿਆ ਪਿਆ ਜਿਹੜੀਆਂ ਖਬਰਾਂ ਸੋਸ਼ਲ ਮੀਡੀਆ ਤੇ ਆਈਆਂ ਪਈਆਂ ਜਿਹੜੀਆਂ ਤਸਵੀਰਾਂ ਪ੍ਰਧਾਨ ਮੰਤਰੀ ਨਾਲ ਗ੍ਰਹਿ ਮੰਤਰੀ ਨਾਲ ਉਹ ਮੇਰੇ ਤੁਹਾਡੇ ਵਰਗਾ ਤਾਂ ਕੀ ਕਹਿੰਦੇ ਉਹਦੇ ਬਾਰਗੋਂ ਦੀ ਲੰਘ ਸਕਦਾ ਮੈਂ ਕਿਹਾ ਹਫ਼ਤਾ ਸੀ ਕਿ ਵੱਡੇ ਵੱਡੇ ਮੁੱਖ ਮੰਤਰੀ ਨਾ ਕਿਸੇ ਦੇ ਮੁੱਖ ਮੰਤਰੀ ਨੂੰ ਟਾਈਮ ਨਹੀਂ ਮਿਲਦਾ ਹੂੰ ਹੂੰ ਮੁੱਖ ਮੰਤਰੀ ਆ ਉਹ ਆਉਣ ਯਰ ਕਹਿ ਚੁੱਕਾ ਹੈ ਜਨਤਕ ਤੌਰ ਤੇ ਬਿਆਨ ਦੇ ਚੁੱਕਾ ਹੈ ਮਿਸਟਰ ਸਨੀ ਦਿਓਲ ਜੀ ਕਿ ਆਪਣਾ ਜਿਹੜਾ ਦੀਪ ਸਿੱਧੂ ਹੈ ਇਹ ਮੇਰਾ ਯੰਗਰ ਬ੍ਰਦਰ ਹੈ ਜਸਟ ਲਾਈਕ ਮਾਈ ਯੰਗਰ ਬ੍ਰਦਰ ਤੇ ਇਹ ਕਹਿੰਦੇ ਕੱਲ ਕੱਲ ਜਦੋਂ ਇਹ ਗੱਲ ਹੋ ਗਈ ਉਹ ਕਹਿੰਦਾ ਮੇਰਾ ਤਾਂ ਤਲਕ ਹੀ ਤਲਕ ਹੀ ਕੋਈ ਨਹੀਂ ਹਾਂ ਜੇ ਤਲਕ ਨਹੀਂ ਜੇ ਇਹਦਾ ਤਲਕ ਸੱਤਾ ਦੇ ਨਾਲ ਨਹੀਂ ਹਕੂਮਤ ਨਾਲ ਨਹੀਂ ਬੀਜੇਪੀ ਨਾਲ ਨਹੀਂ ਆਰਐਸਐਸ ਨਾਲ ਨਹੀਂ ਤੇ ਜਿਵੇਂ ਗੋਦੀ মিডিਆ ਕਹਿ ਰਹੀ ਹੈ ਕਿ ਤਿਰੰਗੇ ਦਾ ਅਪਮਾਨ ਕੀਤਾ ਮੈਂ ਕਹਿੰਦਾ ਬਿਲਕੁਲ ਅਪਮਾਨ ਨਹੀਂ ਕੀਤਾ ਨਾ ਕੋਈ ਅਪਮਾਨ ਨਹੀਂ ਹੋਇਆ ਕੋਈ ਤਿਰੰਗਾ ਉੱਥੇ ਖੜੋ ਕੋਈ ਛੇੜਿਆ ਨਹੀਂ ਕਿਸੇ ਨੇ ਛੇੜਿਆ ਨਹੀਂ ਤਿਰੰਗਾ ਉੱਥੇ ਦਾ ਉੱਥੇ ਨੂੰ ਲਹਿਰਾ ਰਿਹਾ ਤੇ ਜੇ ਗੋਦੀ ਮੀਡੀਆ ਕਹਿ ਰਿਹਾ ਜੇ ਗੋਦੀ ਮੀਡੀਆ ਦੇ ਕਹਿਣ ਦੇ ਉੱਤੇ ਕਨਈਆ ਕੁਮਾਰ ਨੂੰ ਫੜ ਕੇ ਅੰਦਰ ਸੁੱਟਿਆ ਜਾ ਸਕਦਾ ਉਮਰ ਖਾਲਦ ਨੂੰ ਸੁੱਟਿਆ ਜਾ ਸਕਦਾ ਸੁੱਟਿਆ ਜਾ ਸਕਦਾ ਦੂਜਿਆਂ ਨੂੰ ਫੜ ਕੇ ਜਿਹੜੇ ਹੈਗੇ ਆ ਨਹੀਂ ਆ ਬਦਨਾਮ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕਦਾ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕਦਾ ਤਾਂ ਫਿਰ ਉਹਦਾ ਨੋਟਿਸ ਲੈ ਕੇ ਇਹਦੇ ਇਹ ਇਹਨੂੰ ਗ੍ਰਿਫਤਾਰ ਕਿਉਂ ਨਹੀਂ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਨਹੀਂ ਕੀਤਾ ਜਾਂਦਾ ਇਹ ਪਤਾ ਲੱਗਦਾ ਕਿ ਜਿਸ ਬੰਦੇ ਨੇ ਕਿਉਂਕਿ ਉਹਨੇ ਉਹਨਾਂ ਦੀ ਸੇਵਾ ਕਰਤੀ ਹੂੰ ਜੇ ਇਹ ਖੇਡ ਖਰਾਬ ਕਰਨੀ ਸੀ ਉਹਨੇ ਆਪਣਾ ਖੇਡ ਖਰਾਬ ਕਰਾ। ਉਹ ਕੰਮ ਮਸਲਾ ਹੱਲ ਕਰਤਾ ਨਾ ਕਿ ਲੋਬਾ ਮਸਲਾ ਹੱਲ ਕਰਤਾ। ਦੇਖੋ ਜਿਹੜੇ ਲੋਕ ਆ ਜਿਹੜੇ ਲੋਕੇ ਕਹਿੰਦੇ ਸੀ ਯਾਰ ਸੰਘਰਸ਼ ਬਜ਼ੁਰਗ ਉੱਥੇ ਮੈਂ ਖੜਾ ਜਦੋਂ ਮੈਨੂੰ ਪਤਾ ਮੈਂ ਗਾਜ਼ੀਪੁਰ ਤੋਂ ਚੱਲਿਆ ਅ ਅਸੀਂ ਮੈਂ ਉੱਚੀ ਬਿਲਡਿੰਗ ਤੇ ਚੜਿਆ 5ਵੀਂ 6ਵੀਂ ਮੰਜ਼ਲ ਤੇ ਲੱਕੜ ਦੀ ਪੌੜੀ ਵੀ ਸੀ। ਉੱਥੇ ਬਜ਼ੁਰਗ ਲੇਡੀਜ਼ ਖੜੀਆਂ। ਪਈ ਇਹਨਾਂ ਕ ਵਿਚਾਰੋਂ ਦਾ ਕੁਝ ਬੰਨਣਾ ਚਾਹੀਏ ਕਿੰਨੀ ਦੇਰ ਸੇ ਠੰਡੀ ਮੇ ਬੈਠੇ ਹਨ ਉਹ ਲੋਕ ਤਾਂ ਫਿਰ ਇਹ ਸਮਝਣਗੇ ਨਾ ਗੋਦੀ ਮੀਡੀਆ ਕੀ ਕਹਿ ਰਿਹਾ ਇਹ ਕੌਣ ਨੇ ਬਿਲਕੁਲ 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 ਸਮਾ ਹੁੰਦਾ ਕੀ ਕਹਿੰਦੇ ਜੀ ਉਹਦੇ ਨਾਲ ਫਰਕ ਹੀ ਪੈ ਗਿਆ ਮੈਂ ਕਿਹਾ ਨਹੀਂ ਇੱਕ ਸਮਾ ਹੁੰਦਾ ਹਰ ਚੀਜ਼ ਦਾ ਨਹੀਂ ਸਮਾ ਫਰਕ ਬਹੁਤ ਪੈ ਗਿਆ ਕਿਉਂ ਨਹੀਂ ਪੈ ਗਿਆ ਤੁਸੀਂ ਮਤਲਬ ਇੱਕ ਅਜੇਹਾ ਉਹਨਾਂ ਦੇ ਹੱਥ ਦੇ ਵਿੱਚ ਬਹਾਨਾ ਦੇ ਦਿੱਤਾ ਜਿਸ ਬਹਾਨੇ ਦੇ ਨਾਲ ਅਸੀਂ ਪਹਿਲਾਂ ਕਹਿੰਦੇ ਰਹੇ ਬਹਾਨਾ ਨਾ ਦਿਓ ਉਹ ਕਿਸਾਨ ਅੰਦੋਲਨ ਨੂੰ ਕਿਸਾਨਾਂ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਸਿੱਖੀ ਨੂੰ ਬਦਨਾਮ ਕਰਨ ਦਾ ਉਹਨਾਂ ਨੂੰ ਇੱਕ ਬਹਾਨਾ ਮਿਲ ਗਿਆ ਬਹਾਨਾ ਮਿਲ ਗਿਆ ਇਦੇ ਨਾਲ ਮੈਨੂੰ ਇਹ ਦੱਸੋ ਕਿ ਇਹ ਗੱਲ ਕਰਕੇ ਕੱਲਾ ਇੱਕ ਉੱਥੇ ਝੰਡਾ ਲਹਿਰਾ ਕੇ ਸਿੱਖੀ ਦੀ ਕਿੱਡੀ ਕੀ ਮਦਦ ਹੋਗੀ ਕਿੱਡੀ ਹੋਗੀ ਦੱਸ ਜੇ ਸਿੱਖੀ ਦੀ ਸਵੇਰੇ ਜਦੋਂ 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 ਉੱਥੇ ਮੰਚ ਤੇ ਸਟਾਰਟ ਹੁੰਦਾ ਹੈ ਮੰਚ ਸਟਾਰਟ ਹੁੰਦਾ ਮੰਚ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਨਾਲ ਹੁੰਦਾ ਹੈ ਔਰ ਜਿਹੜੀ ਆਖਰੀ ਤਕਰੀਰ ਆ ਵੈਗਰੂ ਜੀ ਦੀ ਖਾਲਸਾ ਵੈਗਰੂ ਜੀ ਦੀ ਫਤਿਹ ਨਾਲ ਉਹ ਬੰਦ ਹੁੰਦੀ ਹੈ ਇਸੇ ਤਰੀਕੇ ਨਾਲ ਸਾਰੇ ਉੱਥੋਂ ਦੇ ਲੀਡਰ ਯੂਪੀ ਦੇ ਬਿਹਾਰ ਦੇ ਸਾਰੇ ਲੀਡਰ ਤੁਹਾਡੀ ਵੈਗਰੂ ਫਤੇ ਬਣਾਉਣ ਲੱਗ ਪਏ ਲੀਡਰ ਦੀ ਫਤੇ ਬਣਾਉਦੇ ਇਹ ਪਹਿਲਾ ਮੌਕਾ ਹੈ ਕਿ ਸਾਡੀ ਜਿਹੜੀ ਆ ਪਿਛਲੇ ਲੰਬੇ ਸਮੇਂ ਦੇ ਵਿੱਚ ਇੱਕ ਸ਼ਾਸਨ ਕਰ ਕਰਕੇ ਸਾਡੀ ਦਸਤਾਰ ਨੂੰ ਡੀਫੇਮ ਕੀਤਾ ਸੀ ਸਾਡੀ ਤਰਖਾ ਦਸਤਾਰ ਨੂੰ ਬਦਨਾਮ ਕੀਤਾ ਸੀ ਉਸ ਦਸਤਾਰ ਦੀ ਐਡੀ ਇੱਜ਼ਤ ਬਣ ਗਈ ਸੀ ਕਿ ਅੱਜ ਲੋਕ ਜਿਹੜੇ ਹੈਗੇ ਝੰਡੇ ਲੈ ਕੇ ਸਾਡੇ ਕਿਸਾਨਾਂ ਦੇ ਆਲੇ ਦੋਲੇ ਹੋਏ ਖੜੇ ਹੂੰ ਹੂੰ ਉਕੀ ਨੂੰ ਕੀ ਨੇ ਉਹਨਾਂ ਮੌਕਾ ਦਿੱਤਾ ਨਾ ਕੀ ਨੇ ਮੌਕਾ ਦਿੱਤਾ ਕਿਉਂ ਉੱਥੇ ਆਏ ਖੜੇ ਆ ਪਹਿਲਾਂ ਨਾ ਆ ਗਏ ਉਹ ਇਹ ਸੋਚਣ ਵਾਲੀ ਗੱਲ ਇਹ ਇਕੱਲੇ ਇਹ ਨਹੀਂ ਕਿ ਜੀ ਫਿਲਮਾਂ ਬਣਾ ਲੀਆਂ ਤੂੰ ਫਿਲਮਾਂ ਆ ਲਈ ਤਾਂ ਬਹੁਤ ਬੰਦੇ ਬਹੁਤ ਬੈਠੇ ਹੈ ਬਹੁਤ ਬੰਦੇ ਬੈਠੇ ਨੇ ਫਿਲਮਾਂ ਬਣਾਉਣ ਨਾਲ ਨਹੀਂ ਕੋਈ ਗੱਲ ਹੁੰਦੀ ਕਿ ਉਹਨੇ ਆ ਗੱਲ ਕਹੇ ਤੇ ਆ ਗੱਲ ਕਹਿੰਦੀ ਦੇਖਣ ਵਾਲੀ ਗੱਲ ਇਹ ਹੈ ਕਿ ਸੇਵਾ ਕੀ ਦੀ ਕੀਤੀ ਹੈ ਹਮ ਇੱਕ ਐਕਸ਼ਨ ਅਜਿਹਾ ਐਕਸ਼ਨ ਹੈ ਸੈਕਸ਼ਨ ਦੇ ਨਾਲ ਅੰਦੋਲਨ ਦਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਇਹ ਸੋਚਣ ਵਾਲੀ ਗੱਲ ਇਹ ਹੈ ਜੀ ਤੇ ਸੰਯੁਕਤ ਮੋਰਚੇ ਤੋਂ ਕੀ ਖਬਰ ਆ ਰਹੀ ਹੈ ਜੀ ਅੱਜ ਵੀ ਉਹਨਾਂ ਦੇ ਫੈਸਲਿਆਂ ਦੀ ਦੇਖੋ ਸੰਯੁਕਤ ਮੋਰਚੇ ਨੇ ਇੱਕ ਬਹੁਤ ਵਧੀਆ ਸਿਆਣਪ ਵਾਲੀ ਗੱਲ ਕੀਤੀ ਕਿ ਜਦੋਂ ਟਕਰਾਅ ਵਾਲੀ ਸਥਿਤੀ ਹੋਵੇ ਜਦੋਂ ਇਸ ਕਿਸਮ ਦੀ ਕਨਫਰਨਟੇਸ਼ਨ ਹੋਵੇ ਉਦੋਂ ਕੋਈ ਹੋਰ ਬਹਾਨਾ ਨਹੀਂ ਦੇਣਾ ਚਾਹੀਦਾ ਜੀ ਕਿਉਂਕਿ ਕੋਈ ਹੋਰ ਉਹਦੇ ਵਿੱਚੋਂ ਗਲਤ ਕਰ ਸਕਦੇ ਸੰਯੁਕਤ ਮੋਰਚੇ ਨੇ ਜਿਹੜਾ ਸਭ ਤੋਂ ਪਹਿਲਾ ਫੈਸਲਾ ਲਿਆ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਸੀ ਕਿ 1 ਫਰਵਰੀ ਨੂੰ ਅਸੀਂ ਸੰਸਦ ਵੱਲ ਜੀ ਕੂਚ ਕਰਾਂਗੇ ਪੈਦਲ ਕੂਚ ਹੂੰ ਹੂੰ ਕਿਉਂਕਿ 1 ਫਰਵਰੀ ਨੂੰ ਬਜਟ ਠੋਣਾ ਸੀ ਜੀ ਔਰ ਕੱਲ ਉਹਨਾਂ ਨੇ ਫੈਸਲਾ ਕਰ ਲਿਆ ਹਾਲਾਤ ਜਦੋਂ ਇਹ ਵਿਗੜ ਗਏ ਕਿ ਨਹੀਂ ਹੂੰ ਸਾਨੂੰ ਕੁਝ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਕੁਝ ਕਰਨ ਤੋਂ ਇਨਕਾਰ ਕਰਤਾ 30 ਜਨਵਰੀ ਜੀ ਜਿਹੜਾ ਮਹਾਤਮਾ ਗਾਂਧੀ ਦਾ ਸ਼ਹਾਦਤ ਦਿਨ ਹੈਗਾ ਹੂੰ ਸ਼ਹੀਦੀ ਦਿਨ ਹੈ ਉਸ ਦਿਨ ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਪ੍ਰੋਟੈਸਟ ਦੇ ਤੌਰ ਦੇ ਉੱਤੇ ਜਿਵੇਂ ਅਸੀਂ ਮਨਾਉਨੇ ਓਵੇਂ ਮਨਾਵਾਂਗੇ ਸਾਰੇ ਥਾਂ ਤੇ ਮਨਾਵਾਂਗੇ 30 ਜਨਵਰੀ ਵਾਲੇ ਦਿਨ ਹੂੰ ਅਸੀਂ ਆਪਣਾ ਸਾਰਾ ਕੁਝ ਜਿਹੜਾ ਹੈਗਾ ਆਪਣਾ ਪ੍ਰੋਟੈਸਟ ਜਾਰੀ ਰੱਖਾਂਗੇ ਜੀ ਅੰਦੋਲਨ ਉਹ ਕਹਿੰਦੇ ਸਾਡਾ ਜਾਰੀ ਰਹੂਗਾ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਪਛਾਣ ਨਹੀਂ ਹਟਣਾ ਏ ਉਹਨਾਂ ਨੇ ਕਿਹਾ ਕਿ ਸਾਨੂੰ ਬਖਤੀ ਤੌਰ ਦੇ ਉੱਤੇ ਲੱਗਦਾ ਸੀ ਕਿ ਇਹਦੇ ਨਾਲ ਕੋਈ ਨੁਕਸਾਨ ਹੋਊ ਪਰ ਬਹੁਤਾ ਨੁਕਸਾਨ ਨਹੀਂ। ਜੀ ਰਾਜੀਵਾਲ ਨੇ ਤੇ ਗੱਲ ਕਹੀ ਹੈ ਕਿ ਜਿਹੜੇ ਉਹਨਾਂ ਨੇ ਬਹੁਤ ਵਧੀਆ ਇੱਕ ਗੱਲ ਕਹੀ ਹੈ ਕਿ ਆਮ ਤੌਰ ਦੇ ਉੱਤੇ ਜਦੋਂ ਸਰੀਰ ਦੇ ਵਿੱਚ ਕੋਈ ਕਿਸੇ ਕਿਸਮ ਦੀ ਇਨਫੈਕਸ਼ਨ ਫੈਲ ਜੀ ਜੀ ਕਈ ਵਾਰੀ ਉਹ ਇਨਫੈਕਸ਼ਨ ਛੋੜੇ ਦਾ ਰੂਪ ਤਰਨ ਕਰ ਜਾਂਦੀ ਜੀ ਤੇ ਛੋੜਾ ਆਪਣੇ ਆਪ ਜਦੋਂ ਫਿਸ ਜਾਂਦਾ ਇਹਦਾ ਮਤਲਬ ਹੈ ਕਿ ਤੁਹਾਡੇ ਜਿਹੜੇ ਜਿਸਮ ਦੇ ਵਿੱਚ ਜ਼ਹਿਰ ਸੀ ਉਹ ਨਿਕਲ ਗਿਆ। ਹੂੰ ਹੂੰ ਕਈ ਵਾਰੀ ਇਨਫੈਕਸ਼ਨ ਜ਼ਿਆਦਾ ਹੋ ਜਾਂਦੀ ਹੈ। ਜੀ ਫਿਰ ਤੁਹਾਨੂੰ ਡਾਕਟਰ ਐਂਟੀਬਾਇਟਿਕ ਦਿੰਦਾ ਸਟਰੋਂਗ ਐਂਟੀਬਾਇਟਿਕ ਕੀ ਦਿੰਦਾ ਉਹਦਾ ਥੋੜਾ ਜਿਹਾ ਨੁਕਸਾਨ ਹੁੰਦਾ ਹੈ ਲੀਵਰ ਵਗੈਰਾ ਦੇ ਉੱਤੇ ਹਮ ਪਰ ਉਹ ਦੇਣੀ ਹੀ ਪੈਂਦੀ ਹੈ ਉਸ ਤੋਂ ਬਗੈਰ ਸਰਦਾ ਨਹੀਂ ਤੇ ਜੇ ਜੋ ਗੱਲ ਗੜਬੜ ਜਿਆਦਾ ਹੋ ਜੇ ਉਦੋਂ ਕਹਿੰਦੇ ਫਿਰ ਉਹ ਆਪਣੇ ਆਪ ਜਿਹੜਾ ਹੈਗਾ ਤੁਹਾਨੂੰ ਸਰਜਰੀ ਕਰਾਉਣੀ ਪੈਂਦੀ ਹੈ ਹਮ ਪਰ ਇੱਥੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਜਿਹੜਾ ਅੱਜ ਜੋ ਕੁਝ ਹੋਇਆ ਜੋ 에ਪੀਸੋਡ ਹੋਇਆ ਜੀ ਇਹਦੇ ਵਿੱਚ ਕਹਿੰਦੇ ਵੀ ਇੱਕ ਵਧੀਆ ਗੱਲ ਇਹ ਹੋ ਗਈ ਕਿ ਥੋੜਾ ਆਪਣੇ ਆਪ ਭੜਕੇ ਤੇ ਫਿਸ ਗਿਆ ਜੀ ਜਿਹੜੇ ਮਾੜੇ ਬੰਦੇ ਸੀ ਉਹ ਐਕਸਪੋਜ਼ ਹੋ ਗਏ ਹਮ ਔਰ ਉਹਨਾਂ ਨੇ ਜਿਹੜੇ ਤਿੰਨ ਬੰਦਿਆਂ ਉਹ ਜਿਹੜਾ ਕਿਸਾਨ ਮੋਰਚੇ ਨੇ ਜਿਹੜਾ ਅਧਿਕਾਰਤ ਬਿਆਨ ਜਾਰੀ ਕੀਤਾ ਹੈ ਦੀਪ ਸਿੱਧੂ ਸਤਨਾਮ ਸਿੰਘ ਪੰਨੂ ਤੇ ਸਰਬਨ ਸਿੰਘ ਪੰਦੇੜ ਜੀ ਕਿ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ ਪੰਜਾਬ ਦੇ ਗਦਾਰ ਹੈ ਜੀ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਇਹ ਸੰਯੁਕਤ ਮੋਰਚੇ ਵਾਲਿਆਂ ਨੇ ਕਿਹਾ ਹਮਮ ਔਰ ਅਗਲੀ ਉਹਨਾਂ ਨੇ ਕਿਹਾ ਕਿ ਅਸੀਂ ਆਪੋ ਆਪਣੀ ਜਿਹੜੀ ਹੈਗੀ ਹੈ ਇਹ ਜਦੋਂ ਜਦੋਂ ਜਾਰੀ ਰੱਖਾਂਗੇ ਜੀ ਲੋਕਾਂ ਨੂੰ ਜਿਹੜਾ ਹੈਗਾ ਲਾਮਬੰਦ ਕਰਾਂਗੇ ਉਵੇਂ ਜਿਵੇਂ ਅਸੀਂ ਆਪਣੇ ਬੈਠੇ ਰਵਾਂਗੇ ਤੇ ਨਾਲ ਅਗਲੀ ਸਾਡਾ ਸੰਘਰਸ਼ ਹੈ ਜਿਹੜਾ ਪੂਰਨ ਤੌਰ ਤੇ ਸ਼ਾਂਤਮਈ ਰਹੂਗਾ ਜੀ ਇਲਜ਼ਾਮ ਵੀ ਲਾਇਆ ਉਹਨਾਂ ਨੇ ਹਮਮ ਕਿ ਸਾਡੇ ਇਸ ਅੰਦੋਲਨ ਨੂੰ ਜੀ ਬਦਨਾਮ ਕਰਨ ਵਾਸਤੇ ਇੱਕ ਸਾਜ਼ਿਸ਼ ਰਚੀ ਗਈ ਸੀ ਹਮਮ ਔਰ ਉਸ ਸਾਜ਼ਿਸ਼ ਦੇ ਪਾਤਰ ਵੀ ਵੱਖ-ਵੱਖ ਹੈ ਜਿਨ੍ਹਾਂ ਦਾ ਜ਼ਿਕਰ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਕੌਣ-ਕੌਣ ਉਹਦੇ ਪਾਤਰ ਹੈ ਜੀ ਇਹ ਗੱਲਾਂ ਉਹਨਾਂ ਨੇ ਕੰਗੀਆਂ ਵੀ ਹੈ ਔਰ ਇਹਦੇ ਨਾਲ ਉਹਨਾਂ ਨੇ ਜਿਹੜੀ ਅਗਲੀ ਇਹ ਗੱਲ ਕਹੀ ਹੈ ਕਿ ਅਸੀਂ ਹੂੰ ਹੂੰ ਪੂਰਾ ਅਮਨ ਰਹਾਗੇ ਪੂਰਾ ਅਮਨ ਰਹਾਗੇ ਤੇ ਇਹ ਇਹ ਤੋਂ ਪਾਰਲੀਮੈਂਟ ਦਾ ਸੈਸ਼ਨ ਹੋਣੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੀ ਕਿਸਾਨ ਸੰਘਰਸ਼ ਜਿਹੜਾ ਸਾਂਝਾ ਕਿਸਾਨ ਮੋਰਚਾ ਸਾਂਝੇ ਕਿਸਾਨ ਮੋਰਚੇ ਨੇ ਆਪਣੇ ਆ ਜਿਹੜਾ ਰੋਲ ਅਦਾ ਕਰਨ ਦੇ ਨਾਲ ਨਾਲ ਇੱਕ ਜ਼ਿੰਮੇਵਾਰੀ ਜੀ ਵਿਰੋਧੀ ਧਿਰਾਂ ਦੇ ਮੋਢੇ ਤੇ ਵੀ ਪਾਤੀ ਹੂੰ ਹੂੰ ਕਿਉਂਕਿ ਸੈਸ਼ਨ ਹੋਣੇ ਪਹਿਲੀ ਗੱਲ ਤਾਂ ਪ੍ਰੋਟੈਸਟ ਇਨ ਨੇ ਆਪ ਕਰਨਾ ਸਿੱਖ ਫਰਨਿਊ ਜਾਣਾ ਸੀ ਇਹ ਨਹੀਂ ਜਾ ਸਕਣਗੇ ਹੁਣ ਇਹਨਾਂ ਨੇ ਮੁਲਤ ਵੀ ਕਰ ਦਿੱਤਾ ਹੁਣ ਇੱਕ ਫਰਬਿਡੀ ਨੂੰ ਜਿਹੜੇ ਵਿਰੋਧੀ ਧਿਰਾਂ ਦੇ ਪਾਰਲੀਮੈਂਟ ਦੇ ਮੈਂਬਰ ਆ ਉਹ ਤਾਂ ਪਾਰਲੀਮੈਂਟ ਦੇ ਅੰਦਰ ਹੋਣਗੇ ਨਾ ਜੀ ਜੀ ਹੁਣ ਚਾਹੀਦਾ ਮੋਰਚਾ ਉਹਨਾਂ ਨੂੰ ਸੰਭਾਲਣਾ ਸੰਭਾਲਣਾ ਹਾਂ ਇਹ ਦੇਖੋ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਆਉਣਾ ਆ ਕੇ ਹਾਜ਼ਰੀਆਂ ਲਵਾਉਣੀਆਂ ਆਪਣੀਆਂ ਵੋਟਾਂ ਵਾਲੀਆਂ ਸਿਆਸੀ ਰੋਟੀਆਂ ਸੇਕਣੀਆਂ ਉਹਦੇ ਨਾਲੋਂ ਬਿਹਤਰ ਇਹ ਚੀਜ਼ ਹੈ ਕਿ ਜਿਸ ਅਦਾਰੇ ਦੇ ਲਈ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਸ ਅਦਾਰੇ ਦੇ ਮੰਚ ਨੂੰ ਇਸਤੇਮਾਲ ਕਰਨ ਕਿਸਾਨਾਂ ਦੇ ਹੱਕ ਵਿੱਚ ਜੀ ਜਾ ਅਸੀਂ ਤਾਂ ਇਹ ਵੀ ਮੰਗ ਕਰਾਂਗੇ ਕਿ ਜਿਹੜੇ ਰੂਲਿੰਗ ਪਾਰਟੀ ਦੇ ਜੀ ਜਾਂ ਰੂਲਿੰਗ ਗੱਠਜੋੜ ਦੇ ਜਿਹੜੇ ਲੋਕ ਹੈ ਕੋਲੀਸ਼ਨ ਗੱਠਜੋੜ ਦੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਆ ਉਹ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ। ਜੀ ਜੀ। ਚਲੋ ਉਹਨਾਂ ਦੀ ਪਾਰਟੀ ਦੇ ਉੱਤੇ ਕਈ ਵਾਰੀ ਵਿਪ ਵਗੈਰਾ ਹੋ ਜਾਂਦਾ ਹੈ। ਹੂੰ ਹੂੰ। ਘਟੋ ਘਟ ਜਿਹੜੇ ਆਪੋਜੀਸ਼ਨ ਵਾਲੇ ਵਿਰੋਧ ਵਾਲੇ ਆ ਉਹਨਾਂ ਪਾਰਲੀਮੈਂਟ ਦੇ ਮੈਂਬਰਾਂ ਨੂੰ ਪਾਰਲੀਮੈਂਟ ਦੇ ਵਿੱਚ ਆਪਣੀ ਜਿਹੜਾ ਰੋਲ ਅਦਾ ਕਰਨਾ ਚਾਹੀਦਾ। ਜੀ ਜੀ ਜੀ। ਰੋਲ ਉਹਨਾਂ ਦਾ ਕਿਹੋ ਜਿਹਾ ਹੋਵੇ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਇਹ ਉਹ ਜਾਣਦੇ। ਹੂੰ ਹੂੰ। ਕਈ ਵਾਰੀ ਲੋਕ ਇਹ ਕਹਿੰਦੇ ਕਿ ਜੀ ਪਾਰਲੀਮੈਂਟ ਜਿਹ ਬਟ ਉਹ ਆਪਣੀ اپੋਜੀਸ਼ਨ ਕਮਜ਼ੋਰ ਹੈ ਹੂੰ ਹੂੰ اپੋਜੀਸ਼ਨ ਭਾਵੇਂ ਸਟਰੈਂਥ ਦੇ ਲੈਅ ਨਾਲ ਕਮਜ਼ੋਰ ਹੋਵੇ ਸਟਰੈਂਥ ਦੇ ਨਾਲ ਲੈਅ ਨਾਲ ਪਵੇ ਪਰ ਜਿਹੜਾ ਜज्ਬਾ ਹੈ ਜज्ਬੇ ਦੇ ਹਿਸਾਬ ਨਾਲ ਕਮਜ਼ੋਰ ਨਹੀਂ ਰਹਿਣੀ ਚਾਹੀਦੀ ਮੈਂ ਤੁਹਾਨੂੰ ਮਿਸਾਲ ਦੇਣੀ ਚਾਹੂੰਗਾ ਦਾਨੀ ਵਾਲਿਆ ਸਾਹਿਬ ਯਾਦ ਕਰੋ ਵਕਤ ਜੀ ਜਦੋਂ ਨਰਿੰਦਰ ਮੋਦੀ ਸਾਹਿਬ ਨੇ ਅੱਧੀ ਰਾਤ ਨੂੰ ਨੋਟਬੰਦੀ ਲਾਗੂ ਕੀਤੀ ਸੀ ਹਾਂਜੀ ਹਾਂਜੀ ਰਾਤ ਨੂੰ 8 ਵਜੇ ਐਲਾਨ ਕੀਤਾ ਸੀ ਤੇ 12 ਵਜੇ ਦੀ ਡੈਡਲਾਈਨ ਸੀ 12 ਵਜੇ ਤੱਕ ਕੋਈ ਬੰਦਾ ਨੋਟ ਰਵ ਦੇ ਸੰਭਾਲ ਨਹੀਂ ਸਕਦਾ ਸੀ ਬੈਂਕਾਂ ਬੰਦ ਸੀ ਉਹਨਾਂ ਨੇ ਉਸ ਵੇਲੇ ਜਿਹੜੀ ਨੋਟਬੰਦੀ ਕੀਤੀ ਸੀ ਨੋਟਬੰਦੀ ਤੋਂ ਬਾਅਦ 100 ਦੇ ਕਰੀਬ ਲੋਕ ਮਰ ਗਏ ਸੀ ਤੇ ਉਦੋਂ ਆਪੋਜੀਸ਼ਨ ਜਿਹੜੀ ਅਜ ਵਰਗੀ ਸੀ ਉਹ ਬਹੁਤ ਹੀ ਮਜ਼ਬੂਤ ਰਹੀ ਸੀ ਉਦੋਂ ਆਪੋਜੀਸ਼ਨ ਨੇ ਪਾਰਲੀਮੈਂਟ ਨੂੰ ਜਾਮ ਕਰਕੇ ਰੱਖ ਦਿੱਤਾ ਜੀ ਜੀ ਹੁਣ ਵੀ ਉਹਨਾਂ ਕੋਲੇ ਇਹ ਜਿਹੇਰਾ ਹੈਗੇ ਹੂੰ ਹੂੰ ਜੀ ਸ਼ਰਦ ਪਵਾਰ ਜੀ ਬੰਬਈ ਦੇ ਵਿੱਚ ਐਡਾ ਵੱਡਾ ਮਾਰਚ ਕਰ ਸਕਦਾ ਹੈ ਜੀ ਜੇ ਤਾਮਿਲਨਾਡੂ ਵਾਲੇ ਉੱਥੇ ਐਡੇ ਵੱਡੇ ਵੱਡੇ ਮਾਰਚ ਕਰ ਸਕਦੇ ਮਾਰਚ ਕਰ ਸਕਦੇ ਤਾਂ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਪਾਰਲੀਮੈਂਟ ਦੇ ਮੈਂਬਰਾਂ ਕਿਸਾਨਾਂ ਦੇ ਇਸ ਮੁੱਦੇ ਨੂੰ ਲੈ ਕੇ ਦੋਨੇ ਪੱਖਾਂ ਤੋਂ ਗੱਲ ਕਰ ਰਹੇ ਕਿ ਕਿਸਾਨ ਜਿਹੜੇ ਹੈਗੇ ਆ ਉਹਨਾਂ ਨੂੰ ਪੁੱਛੇ ਤੋਂ ਬਗੈਰ ਕਾਨੂੰਨ ਕਾਲੇ ਕਾਨੂੰਨ ਬਣਾਏ ਇਹਨਾਂ ਨੂੰ ਰੱਦ ਕਰੋ ਜੀ ਦੂਜਾ ਨਾਲ ਉਹਨਾਂ ਨੂੰ ਇਹ ਵੀ ਜਿਹੜਾ ਹੈਗਾ ਚਾਹੀਦਾ ਕਿ ਉਹ ਜਿਹੜੀ ਆ ਇਨਸੀਡੈਂਟ ਹੋਈ ਹੈ ਹੂੰ ਹੂੰ ਜੋ ਸਾਰਾ ਕੁਝ ਹੋਇਆ ਹੈ ਇਹਦੇ ਤੇ ਵੀ ਵੇਖਣ ਕਿ ਸਾਜ਼ਿਸ਼ ਦੇ ਪਿੱਛੇ ਕੌਣ-ਕੌਣ ਹੈ ਜੀ ਸਰਕਾਰ ਵਾਲੇ ਪਾਸੋਂ ਸਾਜ਼ਿਸ਼ ਰਚੀ ਗਈ ਹੈ ਹੂੰ ਹੂੰ ਸਾਜ਼ਿਸ਼ ਜਿਹੜੀ ਕਿੱਥੇ ਰਚੀ ਗਈ ਹੈ ਕਿਹੜੇ ਘਰਚ ਰਚੀ ਗਈ ਹੈ ਜੀ ਸੁਬ੍ਰਮਣੀਮ ਸੁਆਮੀ ਹੂੰ ਹੂੰ ਉਹ ਭਾਜਪਾ ਦਾ ਪਾਰਲੀਮੈਂਟ ਦਾ ਮੈਂਬਰ ਹੈ ਰਾਜ ਸਭਾ ਦਾ ਮੈਂਬਰ ਹੈ ਹੂੰ ਉਹਦਾ ਟਵੀਟ ਕੱਲੀ ਆ ਗਿਆ ਸੀ ਹੂੰ ਕਿ ਜਿਹੜੀ ਇਹ ਜਿਹੜੀ ਸਾਜ਼ਿਸ਼ ਰਚੀ ਗਈ ਹੈ ਕਿਸਾਨ ਅੰਦੋਲਨ ਨੂੰ ਫੇਲ ਕਰਨ ਵਾਸਤੇ ਜਿਹੜਾ ਅੱਜ ਉਹ ਕੁਝ ਹੋਇਆ ਲਾਲ ਕਿਲੇ ਦੇ ਵਿੱਚ ਹੂੰ ਇਹਦਾ ਸੂਤਰਤਾ ਉਹ ਵਿਅਕਤੀ ਹੈ ਜਿਹੜਾ ਪੀਐਮਓ ਦੇ ਬਹੁਤ ਨੇੜੇ ਹੂੰ ਤੇ ਭਾਜਪਾ ਦਾ ਲੀਡਰ ਹੈ ਜੀ ਜੇ ਉਹ ਗੱਲ ਕਹਿ ਰਿਹਾ ਹੈ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਪਾਰਲੀਮੈਂਟ ਚ ਕਿਉਂ ਨਹੀਂ ਗੱਲ ਕਰਦੇ ਕਿ ਕਿੰਨਾ ਲੋਕਾਂ ਨੇ ਜਿਹੜਾ ਹੈਗਾ ਇਹ ਹੜਜੰਗ ਮਚਵਾਇਆ ਹੂੰ ਮਚਾਉਣ ਵਾਲੇ ਤਾਂ ਕਈ ਵਾਰੀ ਹੋਰ ਹੁੰਦੇ ਆ ਉਹਨਾਂ ਦੇ ਪਿੱਛੇ ਪਾਵਰ ਕਿਹੜੀ ਹੈ ਪਾਵਰ ਕਿਹੜੀ ਹੈ ਓਏ ਪਾਵਰ ਕਿਹੜੀ ਹੈ ਇਹ ਇਹਦੇ ਤੇ ਉਹ ਸਾਫ ਤਬ ਕਰ ਇਹ اپੋਜੀਸ਼ਨ ਬੜਾ ਹੈ ਤੇ ਜ਼ਿੰਮੇਵਾਰੀ ਹੈ ਜਿਹੜੀ ਕਿਸਾਨ ਮੋਰਚੇ ਨੇ ਆਪਣੇ ਢੰਗ ਨਾਲ ਉਹਨਾਂ ਦੇ ਪਾਤੀ ਬਗੈਰ ਕਹੀ ਤੋਂ ਜੀ ਜੀ ਤੇ اپੋਜੀਸ਼ਨ ਨੇ ਆਪਣੀ ਜ਼ਿੰਮੇਵਾਰੀ ਸੰਭਾਲਣੀ ਜੀ ਪਰ ਟਿਲੋ ਸਾਹਿਬ ਮੈਂ ਥੋੜੀ ਜੀ ਇੱਕ ਤੁਹਾਡੇ ਨਾਲ ਗੱਲ ਕਰਨੀ ਪਹੁੰਚ ਗਿਆ ਸੀ ਦੀਪ ਸਿੱਧੂ ਰਾਤ ਲਾਈਵ ਹੋਇਆ ਆਪਦੀਆਂ ਸਫਾਈਆਂ ਦਿੱਤੀਆਂ ਹਾਂ ਹਾਂ ਐਂਡ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਕਹਿ ਗਿਆ ਹੂੰ ਹੂੰ ਕਹਿੰਦਾ ਜੇ ਮੈਨੂੰ ਤੁਸੀਂ ਆ ਗੱਲਾਂ ਕਿਸਾਨ ਮੋਰਚੀ ਵਾਲੇ ਕਹਿੰਦੇ ਹੋ ਨਾ ਜੇ ਕਹਿੰਦਾ ਮੈਂ ਤੁਹਾਡੇ ਪੁੱਤ ਲਈ ਖੋਲਣ ਲੱਗ ਪਿਆ ਨਾ ਧਮਕੀਆਂ ਬਲੈਕਮੇਲਿੰਗ ਦਿੰਦਾ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਥਿਉਣਾ ਹਾਂ ਹਾਂ ਹੈ ਦੇਖੋ ਇਹ ਆ ਵੀ ਗੱਲਾਂ ਹਨ ਚਲੋ ਉਹ ਗੱਲਾਂ ਤਾਂ ਹੋਣੀਆਂ ਹੁਣ ਮੈਨੂੰ ਇੱਕ ਹੋਰ ਆ ਗਿਆ ਇੱਕ ਬੰਦੇ ਨੇ ਅੱਜ ਬੜਾ ਵਧੀਆ ਸਵਾਲ ਕੀਤਾ ਹੂੰ ਉਹ ਕਹਿੰਦਾ ਜਿਹੜੇ ਕਾਲੇ ਕਾਨੂੰਨ ਸੀ ਹੂੰ ਇੱਕ ਘੰਟਾ ਕਹਿੰਦੇ ਉੱਥੇ ਜਿਹੜਾ ਹੈਗਾ ਨਿਸ਼ਾਨ ਸਾਹਿਬ ਜਿਹੜਾ ਘੰਟਾ ਡੇਢ ਘੰਟਾ 2 ਘੰਟੇ ਜਿਹੜਾ ਝੂਲਿਆ ਹੂੰ ਉਹਦੇ ਝੂਲਣ ਨਾਲ ਕੀ ਉਹ ਕਾਲੇ ਕਾਨੂੰਨ ਚਿੱਟੇ ਹੋ ਗਏ ਹੂੰ ਸਵਾਲ ਤਾਂ ਕਾਲੇ ਕਾਨੂੰਨਾਂ ਦਾ ਸੀ ਕਾਲੇ ਕਾਨੂੰਨਾਂ ਦਾ ਸੀ ਹੂੰ ਕਾਲੇ ਕਾਨੂੰਨਾਂ ਦਾ ਖਾਤਮਾ ਸੀ ਕਾਲੇ ਕਾਨੂੰਨਾਂ ਦੇ ਖਾਤਮੇ ਤੋਂ ਤੁਰਦੀ ਤੁਰਦੀ ਗੱਲ ਕਿੱਥੇ ਪਹੁੰਚ ਗਈ ਕਿ ਆ ਲੋਕ ਕਿਸੇ ਬਾੜਾਂ ਦੇ ਕਿਉਂ ਬੈਠੇ ਇਹਨਾਂ ਨੂੰ ਹਟਾਓ ਇਹਨਾਂ ਨੇ ਤਿਰੰਗੇ ਚੰਦੇ ਦੀ ਬੇਇੱਜ਼ਤੀ ਕਰਦੀ ਇਨਸਲਟ ਕਰਦੀ ਅਪਮਾਨ ਕਰਤਾ ਇਲਜ਼ਾਮ ਤਾਂ ਇਹ ਲੱਗਣ ਲੱਗੇ ਕਈ ਚੀਜ਼ਾਂ ਹੁੰਦੀਆਂ ਬੰਦੇ ਹੁਣ ਕਹਿ ਲੈਂਦੇ ਆਪੋ ਆਪਣੀ ਸਮਝੇ ਜੀ ਹੂੰ ਹੂੰ ਤੇ ਕਿਸਾਨਾਂ ਨਾਲ ਖੜੇ ਰਹਾਂਗੇ ਇਹ ਕਿਹਨੇ ਕਹਿ ਜੀ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੋ ਘਟਨਾਕਰਮ ਜਿਹੜਾ ਹੈਗਾ 26 ਤਾਰੀਖ ਨੂੰ ਹੋਇਆ ਹ ਹ ਉਹਦੇ ਤੇ ਉਹਨੇ ਕਿਹਾ ਵੀ ਜੋ ਕੁਝ ਹੋਇਆ ਨਹੀਂ ਸੀ ਹੋਣਾ ਚਾਹੀਦਾ ਹ ਹ ਇਹ ਸਾਡੇ ਲਈ ਸ਼ਰਮਸਾਰ ਹੈ ਸਾਡਾ ਸਾਡੇ ਦੇਸ਼ ਦੇ ਵਿੱਚ ਜਿਹੜਾ ਜੋ ਕੁਝ ਹੋਇਆ 26 ਜਨਵਰੀ ਨੂੰ ਜੀ ਲਾਲ ਕਿਲੇ ਦੇ ਵਿੱਚ ਜਿਹੜੀ ਹੜਦੁੰਗਬਾਜੀ ਹੋਈ ਹੈ ਨਹੀਂ ਸੀ ਹੋਣੀ ਚਾਹੀਦੀ ਉਹਨੇ ਕਿਹਾ ਬਤੌਰ ਮੁੱਖ ਮੰਤਰੀ ਮੈਂ ਵੀ ਆਪਣੇ ਆਪ ਨੂੰ ਹ ਹ ਅਪਮਾਨਿਤ ਸਮਝਦਾ ਹਾਂ ਸ਼ਰਮਸਾਰਾ ਮੈਂ ਇਹਦੇ ਲਈ ਜੀ ਕਿ ਅਸੀਂ ਆਪਣੇ ਜਿਹੜੀ ਹੈਗੀ ਹੈ ਕੌਮੀ ਤਿਉਹਾਰ ਦੇ ਮੌਕੇ ਤੇ ਆਪਣੇ ਦੇਸ਼ ਨੂੰ ਇਹ ਜਿਹੜਾ ਹੈਗਾ ਇੱਕ ਮਜ਼ਾਕ ਦਾ ਪਾਤਰ ਬਣਾਇਆ ਪਰ ਅਗਲੀ ਗੱਲ ਉਹਨੇ ਕਹਿ ਦਿੱਤੀ ਹੈ ਵੀ ਇਹਦੇ ਵਿੱਚ ਕਈ ਲੋਕਾਂ ਦੀਆਂ ਜਿਹੜੀਆਂ ਹੁੰਦੀਆਂ ਐ ਇਨਵੋਲਵਮੈਂਟ ਹੁੰਦੀ ਹੈ ਜੀ ਪਰ ਵੱਡੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਪਹਿਲਾਂ ਵੀ ਅਸੀਂ ਇਹਨਾਂ ਦੇ ਨਾਲ ਸੀ ਹੂੰ ਹੂੰ ਹੁਣ ਵੀ ਅਸੀਂ ਇਹਨਾਂ ਦੇ ਨਾਲ ਆ ਕਿਸਾਨਾਂ ਦੇ ਕਿਉਂਕਿ ਇਹ ਅੰਦੋਲਨ ਹੈ ਜਿਹੜਾ ਜੀ ਜੀ ਇਹ ਅੰਦੋਲਨ ਜਿਹੜਾ ਹੈਗਾ ਇਹ ਕਿਸਾਨੀ ਦੀ ਹੋਣ ਦਾ ਅੰਦੋਲਨ ਹੈ ਅੰਦੋਲਨ ਔਰ ਇਹ ਉਹਨਾਂ ਨੂੰ ਪੁੱਛੇ ਤੋਂ ਬਿਨਾਂ ਜਿਹੜੀ ਹੈਗੀ ਹੈ ਇੱਕ ਸਰਕਾਰ ਨੇ ਕਾਨੂੰਨ ਲਿਆਂਦੇ ਔਰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹੂੰ ਹੂੰ ਅਗਲੀ ਗੱਲ ਉਹਨੇ ਕਹੇ ਸੀ ਪਹਿਲਾ ਮਦਦਗਾਰ ਰਹੇ ਹਾਂ ਹੁਣ ਵੀ ਮਦਦਗਾਰ ਰਵਾਂਗੇ ਕਿਸਾਨਾਂ ਦੇ ਨਾਲ ਖੜੇ ਹਾਂ ਜੀ ਔਰ ਰਾਹੁਲ ਗਾਂਧੀ ਦਾ ਵੀ ਬਿਆਨ ਆ ਗਿਆ ਪਰ ਜਿਹੜੀ ਕੈਪਟਨ ਮਰਿੰਦਰ ਸਿੰਘ ਨੇ ਗੱਲ ਕਹੀ ਹੈ ਕਿ ਜਿਹੜੀ ਦੇਖੋ ਗੱਲ ਇਹਨੂੰ ਆਪਾਂ ਇਹ ਕਮਾਂਗੇ ਇੱਕ ਮੁੱਖ ਮੰਤਰੀਆਂ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਜਿਹੜੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਸੀ ਉਹ ਕਹਿੰਦਾ ਪਰ ਇਹ ਦੋਨੇ ਗੱਲਾਂ ਉਹਨੇ ਕੀਆ ਬੈਲੈਂਸ ਕੀਤਾ ਜੀ ਜੀ ਕਿ ਜਿਹੜਾ અપਮਾਨ ਹੋਇਆ ਉਹ ਗਲਤ ਹੈ ਇਹ ਉਹ ਵੀ ਕਹਿੰਦੇ ਹੂੰ ਹੂੰ ਇਹ ਕਿਸਾਨ ਮੂਰਤੀ ਵਾਲੀ ਵੀ ਗੱਲ ਸਾਰੀ ਕਹਿੰਦੇ ਹੁੰਦਾ ਲਾਲ ਕਿਲਾ ਜਿਹੜਾ ਹੈਗਾ ਲਾਲ ਕਿਲਾ ਸਾਡੀ ਵਿਰਾਸਤ ਹੈ ਜੀ ਜੀ ਉਹ ਇੱਕ ਵਿਰਸੇ ਨੂੰ ਪ੍ਰਮੋਟ ਕਰਦਾ ਸਾਡੇ ਵਿਰਸੇ ਦਾ ਇੱਕ ਮਤਲਬ ਲਖਾਇਕ ਹੈ ਹੂੰ ਹੂੰ ਉਹਦੇ ਵਿਚਾਕ ਵਿੱਚ ਆ ਕੇ ਭੰਨ ਤੋੜ ਹੋਣੀ ਇਹ ਮਾੜੀ ਗੱਲ ਹੈ ਇਹ ਨਹੀਂ ਹੋਣੀ ਚਾਹੀਦੀ ਮੈਂ ਕੇਸਰੀ ਨਿਸ਼ਾਨ ਸਾਹਿਬ ਦੇ ਲਹਿਰਾਉਣ ਨੂੰ ਨਹੀਂ ਕਹਿੰਦਾ ਵੀ ਉਹ ਉਹ ਤਾਂ ਲਹਿਰਾਉਂਦੇ ਰਹਿੰਦੇ ਆ ਪੀਐਸਟੀਪੀਸੀ ਦਿੱਲੀ ਸੇ ਗੁਰਦਾਰ ਪਰਮਹੰਦਰ ਕੇਤੀ ਉੱਥੇ ਪ੍ਰੋਗਰਾਮ ਕਰਦੀ ਹੈ ਕਰਦੀ ਕਰਦੀ ਹੈ ਉਹ ਉਹੀ ਕਰਦੀ ਹੈ ਨਾ ਜਿਹੜੀ ਆਪਣੀ ਫਤੇ ਦੇਵ ਜੀ ਇਹ ਉਹ ਨਹੀਂ ਮੈਂ ਕਹਿੰਦਾ ਮੈਂ ਕਹਿੰਦਾ ਵੀ ਜਿਹੜੀ ਅੰਦਰ ਜਾ ਕੇ ਭੰਨ ਤੋੜ ਕੀਤੀ ਜਿਹੜੀ ਉੱਥੇ ਸ਼ੋਰਗੁਲ ਕੀਤਾ ਉਹ ਗੱਲ ਠੀਕ ਨਹੀਂ ਜੀ ਪਰ ਜਿਹੜੀ ਹੈਗੀ ਐ ਕਿਸਾਨਾਂ ਦੇ ਨਾਲ ਖੜਨ ਵਾਲੀ ਗੱਲ ਹੈ ਇਹ ਇੱਕ ਨੈਤਿਕ ਹਮਾਇਤ ਉਹਨਾਂ ਦੀ ਹਮ ਮੈਂ ਸਮਝਦਾ ਇਹ ਨੈਤਿਕ ਹਮਾਇਤ ਜੇ ਮੁੱਖ ਮੰਤਰੀ ਬਲੋ ਕਿਸਾਨਾਂ ਨੂੰ ਮਿਲਦੀ ਹੈ ਤਾਂ ਇਸ ਮਕਾਮ ਦੇ ਉੱਤੇ ਇਹ ਕੋਈ ਛੋਟੀ ਗੱਲ ਨਹੀਂ ਕਾਫੀ ਵੱਡੀ ਹੈ ਜੀ ਜੀ ਤੇ ਅਬੇ ਚਟਾਲਾ ਨੇ ਫਿਰ ਅਖੀਰ ਅਲਵਦਾ ਕਹਿ ਦਿੱਤੀ ਹੈ ਬਿਲਕੁਲ ਜੀ ਉਹ ਵੀ ਰਾਜਨੀਤੀ ਹੈ ਹਮ ਹਮ ਕਿਉਂਕਿ ਅਬੇ ਚਟਾਲਾ ਦੇ ਪੱਲੇ ਕੀ ਸੀ ਜੀ ਉਹ ਇਕੱਲਾ ਹੀ ਸੀ ਆਪਣਾ ਵਿਧਾਨ ਸਭਾ ਦੇ ਵਿੱਚ ਬਰਾਬ ਦੀ ਪਾਰਟੀ ਬਲੋ ਔਰ ਐਲਮਾ ਬਾਤ ਉਹ ਜਿੱਤਿਆ ਹੋਇਆ ਸੀ ਹਮ ਹਮ ਪਿਛਲੇ ਦਿਨਾਂ ਦੇ ਵਿੱਚ ਵੀ ਉਹਨੇ ਸਿਚੁਏਸ਼ਨ ਦੇਖ ਲਈ ਸੀ ਜੀ ਕਿਉਂਕਿ ਜਨ ਹਿਤ ਜਨਤਾ ਪਾਰਟੀ ਹੋਵੇ ਚਾਹੇ ਇੰਡੀਪੈਂਡੈਂਟ ਹੋਣ ਜੀ ਜਿਹੜੇ ਗੈਰਤਮਤ ਵਿਧਾਇਕ ਸੀ ਹੂੰ ਹੂੰ ਉਹ ਵਿਧਾਇਕਾਂ ਕੇ ਕਿਸਾਨਾਂ ਦੇ ਪੱਖ ਵਿੱਚ ਖੜੇ ਹੋ ਗਏ ਸੀ ਜੀ ਜਿਨ੍ਹਾਂ ਲੋਕਾਂ ਨੇ ਕਿਸਾਨਾਂ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਹੈ ਜਿਨ੍ਹਾਂ ਦੇ ਬਾਪ ਨੇ ਰਾਜਨੀਤੀ ਕੀਤੀ ਹੈ ਜਿਨ੍ਹਾਂ ਦੇ ਦਾਦੇ ਨੇ ਕੀਤੀ ਹੈ ਜਿਨ੍ਹਾਂ ਦੇ ਪਰਦਾਦੇ ਨੇ ਕੀਤੀ ਹੈ ਜੀ ਉਹ ਹੁਣ ਸੱਤਾ ਦੇ ਨਾਲ ਚਿਪਕੇ ਬੈਠੇ ਹੂੰ ਹੂੰ ਔਰ ਹੈਕਾੜੂ ਅਬੇ ਸਿੰਘ ਝਟਾਲਾ ਦਾ ਭਤੀਜਾ ਹੀ ਹੈ ਭਤੀਜਾ ਹੀ ਹੈ ਜੀ ਸ਼ਿਸ਼ਾਨ ਸਿੰਘ ਝਟਾਲਾ ਉਹ ਤੇਕਰੋ ਤੇ ਦੁਸ਼ਯੰਤ ਸਿੰਘ ਚਿਟਾਲਾ ਇੱਕ ਪੈਰ ਉਹਦਾ ਚੰਡੀਗੜ੍ਹ ਹੁੰਦਾ ਦੂਜਾ ਦਿੱਲੀ ਹੁੰਦਾ ਜਾ ਕੇ ਵਾਰ-ਵਾਰ ਕਹਿੰਦਾ ਦਿੱਲੀ ਵਾਲਿਆਂ ਨੂੰ ਕੇਂਦਰ ਵਾਲਿਆਂ ਨੂੰ ਕਿ ਯਾਰ ਤੁਸੀਂ ਸੁਣ ਲੋ ਇਹਨਾਂ ਦੀ ਗੱਲਬਾਤ ਕੋਈ ਮਾੜੀ-ਮੋਟੀ ਗੱਲ ਕਰ ਲੋ ਕੋਈ ਨੱਕ ਨਮੂਜ ਰਹਿ ਜੇ ਤੇ ਸਾਡੀ ਸਰਕਾਰ ਵੀ ਬਚ ਜੇ ਪਰ ਇਹਨੂੰ ਇੱਕ ਮੌਕੇ ਦੇ ਰੂਪ ਦੇ ਵਿੱਚ ਇਸਤੇਮਾਲ ਕਰਨ ਦਾ ਉਹਨੇ ਇੱਕ ਦਾ ਖਿਡੇ ਜੀ ਕੱਲਾ ਬੰਦਾ ਹੈ ਇਹਨੂੰ ਕੋਈ ਅਮੀਰ ਆਦਮੀ ਤਨਖਾਹ ਤਰਕੂ ਵਾਲੀ ਤਾਂ ਕੋਈ ਗੱਲ ਹੀ ਨਹੀਂ ਵਾਸਤੇ 20 ਮੀਟਰ ਕਰਦੀ ਹੈ ਹੂੰ ਹੂੰ ਉਹਨੇ ਨਾ ਕਿ ਜਾ ਕੇ ਨਾ ਤਾਂ ਹਰਿਆਣੇ ਦੇ ਐਮ ਐਲ اے ਹਸਟਲ ਦੇ ਵਿੱਚ ਰਹਿਣਾ ਤੇ ਨਾ ਹੀ ਹਰਿਆਣਾ ਨਿਵਾਸ ਰਹਿਣਾ ਇਹ ਤਾਂ ਵੱਡੇ ਹੋਟਲ ਆ ਆਪਣੀਆਂ ਕੋਠੀਆਂ ਤੇ ਵੱਡੇ ਹੋਟਲ ਆ ਕੋਠੀਆਂ ਤੇ ਵੱਡੇ ਹੋਟਲ ਆ ਲੋਕ ਜਾ ਕੇ ਉੱਥੇ ਰਹਿ ਸਕਦੇ ਪਰ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਮੈਂ ਹੁਣ ਦਾ ਖੇਡਾਂ ਤਾਂ ਇਹ ਮੇਰੇ ਲਈ ਲਾਹੇਵੰਦ ਹੋ ਸਕਦਾ ਲਾਹੇਵੰਦ ਹੋ ਸਕਦਾ ਕੱਲ ਉਹਨੇ ਗੱਲ ਕਹੀ ਹੈ ਕਿ ਜਿੰਨਾ ਲੋਕਾਂ ਨੇ ਚੌਧਰੀ ਦੇਵੀ ਲਾਲ ਦੇ ਨਾਂ ਦੇ ਉੱਤੇ আর ਕਿਸਾਨੀ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਅੱਜ ਉਹ ਕਿੱਥੇ ਹੈ ਅੱਜ ਉਹ ਕਿਸਾਨੀ ਨਾਲ ਨਹੀਂ ਖੜੇ ਇਹ ਤੋਂ ਪਹਿਲਾਂ ਤੁਸ਼ਯੰਤ ਸਿੰਘ ਆਏ ਨੇ ਆਪਣੇ ਨੀ ਅਬੈ ਸਿੰਘ ਚੂਟਾਲਾ ਨੇ ਜੀ ਉਹ ਸੀ ਬਿੱਲੂ ਵੀ ਕਹਿਦਣੇ ਸ਼ੂਟਾ ਨੋਏ ਉਹਨੇ ਇੱਕ ਮੀਟਿੰਗ ਬੁਲਾਈ ਸੀ ਆਪਦੇ ਹਲਕੇ ਦੇ ਲੋਕਾਂ ਦੀ ਜੀ ਉਸ ਮੀਟਿੰਗ ਦੇ ਵਿੱਚ ਉਹਨੇ ਕਿਹਾ ਸੀ ਵੀ ਦੱਸੋ ਮੈਂ ਰਹਾ ਕਿ ਨਾ ਰਹਾ ਤੇ ਲੋਕਾਂ ਨੇ ਕਿਹਾ ਸੀ ਜੀ ਤੁਹਾਨੂੰ ਨਹੀਂ ਰਹਿਣਾ ਚਾਹੀਦਾ ਹੂੰ ਹੂੰ ਫਿਰ ਉਹਨੇ ਉਹਨਾਂ ਤੋਂ ਇੱਕ ਪ੍ਰਤੀਗਿਆ ਲਈ ਸੀ ਜੀ ਕਿ ਲੋ ਜੀ ਮੈਂ ਤਾਂ ਦਿੰਦਾ ਅਸਤੀਫਾ ਹੂੰ ਹੂੰ ਪਰ ਇੱਕ ਗੱਲ ਦਾ ਖਿਆਲ ਰੱਖੋ ਕਿ ਇੰਨਾ ਜਿਹੜੇ ਆ ਸਾਡੇ ਪਿੰਡ ਹੈ ਜਿਹੜਾ ਇਹ ਖਿੱਤੇ ਹਰਿਆਣੇ ਦਾ ਇਸ ਖਿੱਤੇ ਦੇ ਵਿੱਚ ਦੇ ਪਿੰਡਾਂ ਦੇ ਵਿੱਚ ਨਹੀਂ ਤਾਂ ਕੋਈ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਜਨਹਿਤ ਜਨਤਾ ਪਾਰਟੀ ਦਾ ਜਿਹੜੀ ਹੈ ਜਨਨਿਕ ਜਨਤਾ ਪਾਰਟੀ ਦਾ ਜੀ ਕਹਿੰਦੇ ਜੀ ਠੀਕ ਹੈ ਹੁਣ ਦਾਨੇ ਵਾਲੀਆਂ ਸਬਜ਼ੀਆਂ ਰਿਪੋਰਟਾਂ ਆਈਆਂ ਤੇ ਪਿੰਡਾਂ ਦੇ ਵਿੱਚ ਲੋਕਾਂ ਨੇ ਲਿਖ ਲਿਖ ਕੇ ਬੋਰਡ ਲਾਤੇ ਹਾਂ ਕਿ ਬੀਜੇਪੀ ਵਾਲੇ ਤੇ ਜੇਜੇਪੀ ਵਾਲੇ ਪਿੰਡਾਂ ਚ ਨਾ ਵੜਨ ਨਾ ਵੜਨ ਔਰ ਉਹਨੇ ਇਹ ਪਹਿਲਾਂ ਕਹਿ ਦਿੱਤਾ ਸੀ ਕਿ ਮੈਂ 26 ਤਾਰੀਖ ਤੱਕ ਮੀਟ ਕਰੂੰਗਾ ਜੇ ਤਾ 26 ਤਾਰੀਖ ਤੱਕ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਲਈਏ ਮੱਛ ਬੈਟਰ ਜੀ ਜੇ ਤੁਸੀਂ ਨਹੀਂ ਮੰਨੂਗਾ ਤਾਂ ਫਿਰ ਮੈਂ 27 ਤਾਰੀਖ ਨੂੰ ਆਪਣਾ ਅਸਤੀਫਾ ਦੇ ਦੂੰਗਾ ਜੀ ਪਹਿਲਾਂ ਉਹਨੇ ਇੱਕ ਕੰਡੀਸ਼ਨਲ ਅਸਤੀਫਾ ਭੇਜਿਆ ਸੀ ਕੱਲ ਉਹਨੇ ਆਪ ਦਾ ਦੋ ਲਾਈਨਾਂ ਵਾਲਾ ਅਸਤੀਫਾ ਲਿਖਿਆ ਜਿਹੜਾ ਹਾਂਜੀ ਟਰੈਕਟਰ ਤੇ ਚੜਿਆ ਟਰੈਕਟਰ ਚਲਾ ਕੇ ਉਹ ਵਿਧਾਨ ਸਭਾ ਚ ਗਿਆ ਜਿਹੜਾ ਕਿਸਾਨੀ ਕੋਲ ਦਾ ਪ੍ਰਤੀਕ ਪ੍ਰਤੀਕ ਬਣ ਗਿਆ ਹਾਂਜੀ ਉਹ ਟਰੈਕਟਰ ਤੇ ਜਾ ਕੇ ਉਹ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੂੰ ਮਿਲਦਾ ਕਹਿੰਦਾ ਜੀ ਆਹ ਲਓ ਮੇਰਾ ਅਸਤੀਫਾ ਉਹਨੇ ਅਸਤੀਫਾ ਫੜਾਇਆ ਤੇ ਫੜਦਿਆਂ ਸਾਹ ਸਪੀਕਰ ਸਾਹਿਬ ਨੇ ਕਰ ਲਿਆ ਪ੍ਰਵਾਨ ਹਮ ਹੁਣ ਇਹਦੇ ਤੇ ਦੋ ਗੱਲਾਂ ਇੱਕ ਤਾਂ ਇਹ ਹੈ ਕਿ ਅਗਲੀ ਜਿਹੜੀ ਜਿਵਨੀ ਚੋਣ ਹੋਣੀ ਉਹ ਜਿੰਨੀ ਜਿਹੜਾ ਐਲਾਂ ਬਾਤ ਤੇ ਹੋਣੀ ਹੈ ਉੱਥੇ ਪਤਾ ਲੱਗੂਗਾ ਕਿ ਲੋਕ ਜਿਹੜੇ ਹੈਗੇ ਕਿਸਾਨੀ ਨਾਲ ਸੰਬੰਧਿਤ ਤਿੰਨ ਕਾਨੂੰਨਾਂ ਦੇ ਹੱਕ ਵਿੱਚ ਹੈ ਕਿ ਖਿਲਾਫ ਹੈ। ਖਿਲਾਫ ਹੈ ਜੀ। ਰਿਜ਼ਲਟ ਉੱਥੇ ਦਾ ਕੀ ਹੋਣਾ ਹੈ? ਜੀ। ਅਗਲੀ ਗੱਲ ਜਿਹੜੀ ਹੈਗੀ ਹੈ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਚੌਧਰੀ ਭពਿੰਦਰ ਸਿੰਘ ਓਡਾ ਜੀ। ਉਹਨਾਂ ਨੇ ਜੀ ਕਹਿੰਦੇ ਕਿ ਆਪਣੀਆਂ ਮਾਲਸ਼ੂਲਸ਼ ਕਰਵਾ ਲਈ ਹੈ। ਹੂੰ ਹੂੰ। ਪਾਹਨ ਉਤੇ ਲੱਤਾਂ ਨੂੰ ਜੀ ਤੇ ਮੈਦਾਨ ਦੇ ਵਿੱਚ ਆਗੇ ਹੂੰ ਹੂੰ ਉਹ ਨੋ ਕੰਫੀਡੈਂਸ ਮੋਸ਼ਨ ਲੈ ਕੇ ਆ ਰਹੇ ਜੀ ਖੱਟਰ ਸਰਕਾਰ ਦੇ ਖਿਲਾਫ। ਹੂੰ ਹੂੰ ਤੇ ਪਤਾ ਇਹ ਲੱਗਿਆ ਵੀ ਅੰਦਰ ਖਾਤੇ ਜੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਤੇ ਚੌਧਰੀ ਅਬੇ ਸਿੰਘ ਚਟਾਲਾ ਜੀ ਉਹਨਾਂ ਦੀ ਸੀਟੇ ਰਲ ਗਈ ਹੂੰ ਹੂੰ ਤੇ ਸੀਟੇ ਰਲੀਆਂ ਵੀ ਆਜ਼ਾਦ ਵਿਧਾਇਕ ਤੇ ਜੀ ਜੀਪੀ ਦੇ ਵਿਧਾਇਕ ਜੀ ਜੀਪੀ ਦੇ ਬਹੁਤੇ ਵਿਧਾਇਕ ਉਹੀ ਆ ਜਿਹੜੇ ਕਿਸੇ ਜਮਾਦੇ ਦੇ ਵਿੱਚ ਇੰਡੀਅਨ ਨੈਸ਼ਨਲ ਲੋਕਤਲ ਦੇ ਵਿੱਚ ਹੁੰਦੇ ਸੀ ਹੂੰ ਹੂੰ ਉਹ ਇੱਕ ਦੂਜੇ ਨਾਲ ਸੰਪਰਕ ਹੁੰਦੇ ਆ ਕਈ ਵਾਰੀ ਪੋਜੀਸ਼ਨ ਲੈਣ ਵਾਸਤੇ ਬੰਦਾ ਦੂਜੇ ਪਾਸੇ ਚ ਰਹਿ ਜਾਂਦਾ ਲੇਕਿਨ ਸਮਾਜਿਕ ਸੰਬੰਧ ਹੁੰਦੇ ਜੀ ਉਹ ਕਹਿੰਦੇ ਦੋਨੇ ਇਸ ਗੱਲ ਨੂੰ ਮਿਲ ਕੇ ਉਹਨਾਂ ਨੂੰ ਬਿਨ ਓਵਰ ਕਰਨ ਵਾਸਤੇ ਲੱਗੇ ਹੋਏ ਐ ਕਿ ਵਿਧਾਨ ਸਭਾ ਦੇ ਵਿੱਚ ਮਤਲਬ ਜਿਹੜਾ ਹੈਗਾ ਕਟੋ-ਕਟ ਜਿਹੜੇ ਕਿਸਾਨੀ ਪਸ਼ੂਕੜ ਵਾਲੇ ਐਮ ਐਲ ਏ ਸਾਏ ਜੀ ਭਾਵੇਂ ਉਹ ਬੀ ਜੇ ਪੀ ਦੇ ਵੀ ਕਿਉਂ ਨਾ ਹੋਣ ਉਹਨਾਂ ਨੂੰ ਕਨਵਿੰਸ ਕੀਤਾ ਜਾਵੇ ਕਿ ਉਹ ਸਰਕਾਰ ਦੇ ਖਿਲਾਫ ਵੋਟ ਪਾਉਣ ਜੀ ਤੇ ਇਹ ਸਰਕਾਰ ਨੂੰ ਪਲਟਾਇਆ ਜਾਵੇ ਹੂੰ ਵੈਸੇ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਆ ਨੁਕਸਾਨ ਬਖਤੀ ਤੌਰ ਤੇ ਇੱਕ ਝਟਕਾ ਲੱਗੇ ਝਟਕਾ ਬਹੁਤ ਲੱਗ ਪਰ ਅਗਲੀ ਗੱਲ ਹੂੰ ਜੇ ਕਿਤੇ ਆ ਦਾ ਕਾਮਯਾਬ ਹੋ ਗਿਆ ਹੂੰ ਤੇ ਫਿਰ ਬੀ ਜੇ ਪੀ ਨੂੰ ਅਜਿਹੇ ਝਟਕਾ ਲੱਗੂਗਾ ਹਰਿਆਣੇ ਤੋਂ ਸ਼ੁਰੂ ਹੋਈ ਗੱਲ ਪਤਾ ਨਹੀਂ ਕਿੱਥੇ ਤੱਕ ਪਤਾ ਨਹੀਂ ਕਿੱਥੇ ਤੱਕ ਜੀ ਧੰਨਵਾਦ ਜੀ ਤੁਹਾਨੂੰ ਸਭ ਤੁਹਾਡਾ ਸ਼ੁਕਰੀਆ ਤੇ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਤੇ ਫਿਰ ਹਾਜ਼ਰ ਹੋਣੇ ਜੁੜੇ ਰੋ ਰੇਡੀਓ ਪੰਜਾਬ ਟੂਡੇ